ਰਜਿੰਦਰ ਸਿੰਘ ਸੂਰੇਵਾਲੀਆ ਦੀ ਪੁਸਤਕ ਅਦਬੀ ਚਿਹਰੇ ਦਾ ਅਗਲਾ ਰੇਖਾ ਚਿੱਤਰ ਹੈ ਬਲਦੇਵ ਸਿੰਘ ਸੜਕਨਾਮਾ ਪੰਜਾਬੀ ਸਾਹਿਤ ਦਾ ਅਫਲਾਤੂਨ ਬਲਦੇਵ ਸਿੰਘ ਸੜਕਨਾਮਾ ਬਲਦੇਵ ਸਿੰਘ ਨਾਲ ਪਹਿਲੀ ਮਿਲਣੀ ਉਪਰੰਤ ਮੇਰੀ ਧਾਰਨਾ ਉਸ ਪ੍ਰਤੀ ਚੰਗੀ ਨਹੀਂ ਸੀ ਬਣੀ ਇੱਕ ਵਾਰ ਅਸੀਂ ਸੱਤ ਸਵਤ ਜੈਤੋ ਦੀ ਰਾਤ ਦੀ ਵਿਸ਼ੇਸ਼ ਮੀਟਿੰਗ ਦਬੜੀ ਖਾਨੇ ਪਿੰਡ ਦੀ ਰੱਖ ਕੇ ਬਲਦੇਵ ਸਿੰਘ ਨੂੰ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸੱਦਿਆ ਉਹ ਕੁਛ ਚਿਰ ਪਹਿਲਾਂ ਹੀ ਕਲਕੱਤੇੋਂ ਆਪਣਾ ਟਰੱਕਾਂ ਦਾ ਕਾਰੋਬਾਰ ਸਮੀਟ ਕੇ ਮੋਗੇ ਆ ਗਿਆ ਸੀ ਉਸ ਸਮੇਂ ਉਹ ਆਪਣੇ ਕਾਲਮ ਸੜਕਨਾਮਾ ਕਰਕੇ ਤੇ ਇੱਕ ਕਹਾਣੀਕਾਰ ਦੇ ਤੌਰ ਤੇ ਜਾਣਿਆ ਜਾਂਦਾ ਸੀ ਨਾਵਲਕਾਰ ਵਜੋਂ ਉਹਦੀ ਪਛਾਣ ਅਜੇ ਨਹੀਂ ਸੀ ਬਣੀ ਇਸ ਮੀਟਿੰਗ ਦਾ ਮੇਜ਼ਬਾਨ ਸੀ ਪਿੰਡ ਦਾ ਸਰਪੰਚ ਤੇ ਸਾਡੀ ਸਭਾ ਦਾ ਮੈਂਬਰ सुरेंद्रਪਾਲ ਸਿੰਘ ਢਿੱਲੋਂ ਜੋ ਪਿੰਡ ਤੋਂ ਫਰਲਾਂਕੂ ਬਾਹਰ ਆਪਣੇ ਖੇਤਾਂ ਚ ਪਾਈ ਮਕਾਨ ਵਿੱਚ ਰਹਿ ਰਿਹਾ ਸੀ ਮਕਾਨ ਦੇ ਬਾਹਰਲੇ ਪਾਸੇ ਲੱਗੇ 12 ਤੇ ਦੋ ਕਮਰੇ ਪਾਏ ਸਨ ਇੱਕ ਕਮਰੇ 'ਚ ਸਭਾ ਦੀ ਮੀਟਿੰਗ ਹੋਈ ਜਿਸ 'ਚ ਸਾਹਿਤ ਚਰਚਾ ਘੱਟ ਤੇ ਖੁੰਡ ਚਰਚਾ ਵਧੇਰੇ ਹੋਈ ਪਹਿਲੀਆਂ ਰਾਤ ਪਹਿਲੀਆਂ ਰਾਤ ਦੀਆਂ ਮੀਟਿੰਗਾਂ ਦੌਰਾਨ ਅਸੀਂ ਆਪਣੀਆਂ ਰਚਨਾਵਾਂ ਪੜ੍ਹ ਕੇ ਤੇ ਉਹਨਾਂ ਉੱਪਰ ਚਰਚਾ ਕਰਨ ਤੋਂ ਬਾਅਦ ਹੀ ਲੇਖਾਂ ਨੂੰ ਸ਼ਕਤੀਵਾਟਰ ਵਰਤੌਂਦੇ ਸਾਂ ਪਰ ਉਸ ਦਿਨੇ ਨਿਯਮ ਭੰਗ ਹੋ ਗਿਆ ਸੀ ਦਿਨ ਦੇ ਛਿਪਾ ਨਾਲ ਜਦੋਂ ਅਸੀਂ ਸਭਾ ਦੇ 7-8 ਮੈਂਬਰ ਮੀਟਿੰਗ ਵਾਲੇ ਸਥਾਨ ਤੇ ਪਹੁੰਚੇ ਤਬਲਦੇਵ ਸਿੰਘ ਸਾਥੋਂ ਵੀ ਪਹਿਲਾਂ ਪਹੁੰਚਿਆ ਸੀ ਮਹਿਮਾਨ ਤੇ ਮੇਜ਼ਬਾਨ ਦੋਵੇਂ ਹੀ ਸਰੂਰ ਚ ਬੈਠੇ ਸੀ ਤੇ ਸਾਡੀ ਉਡੀਕ ਕਰ ਰਹੇ ਸੀ ਨਵੇਂ ਪਹੁੰਚੇ ਮੈਂਬਰਾਂ ਨੂੰ ਵੀ ਫੋਕਾ ਪਾਣੀ ਦੇਣ ਦੀ ਥਾਂ ਸ਼ਕਤੀ ਵਾਟਰ ਹੀ ਪਿਆ ਦਿੱਤਾ ਗਿਆ ਤੇ ਨਾਲ ਦੀ ਨਾਲ ਮੀਟਿੰਗ ਦੀ ਕਾਰਵਾਈ ਵੀ ਆਰੰਭ ਦਿੱਤੀ ਬਲਦੇਵ ਸਿੰਘ ਸਿਰ ਤੇ ਡੱਬੀਆਂ ਵਾਲਾ ਸਾਫਾ ਬਲੇਟੀਕ ਮੰਝੇ ਉੱਪਰ ਵਿਚਾਲੇ ਚੌਂਕੜੀ ਮਾਰ ਕੇ ਜਚਿਆ ਬੈਠਾ ਸੀ ਜਿਵੇਂ ਸੜਕਾਂ ਕਿਨਾਰੇ ਬੜੇ ਟਾਬਿਆਂ ਤੇ ਡੱਠੇ ਮੰਝਿਆਂ ਤੇ ਰੋਟੀ ਖਾਣ ਵਾਲੇ ਡਰਾਈਵਰ ਬੈਠੇ ਹੁੰਦੇ ਆ ਸ਼ੁਰੂਆਤ ਅਮਰਜੀਤ ਢਿੱਲੋਂ ਦੀ ਰੋਮਾਂਟਿਕ ਗਜ਼ਲ ਨਾਲ ਹੋਈ। ਉਹਨੂੰ ਗਾਉਣ ਦੀ ABC ਵੀ ਨਹੀਂ ਆਉਂਦੀ ਪਰ ਪੈਗ ਲਾ ਕੇ ਉਹ ਆਪਣੀ ਗਜ਼ਲ ਤਰਨਮ ਵਿੱਚ ਹੀ ਸੁਣਾਉਂਦਾ। ਗਜ਼ਲ ਖਤਮ ਹੋਣ ਤੇ ਸਾਰਿਆਂ ਨੇ ਖੂਬ ਵਾਵਾ ਕੀਤੀ ਤੇ ਪਲੇਟਾਂ 'ਚ ਪਈਆਂ ਨਮਕੀਨ ਪਕੌੜੀਆਂ ਤੇ ਸਲਾਦ ਨੂੰ ਮੂੰਹ ਮਾਰਨ ਲੱਗੇ। ਇਸ ਸਮੇਂ ਦੌਰਾਨ ਮੀਟ ਵੀ ਬਣ ਕੇ ਆ ਗਿਆ ਸੀ ਤੇ ਫਿਰ ਲੇਕਾਂ ਦਾ ਜ਼ਿਆਦਾ ਧਿਆਨ ਹੱਡੀਆਂ ਚੁੰਡਣ ਵੱਲ ਹੋ ਗਿਆ। ਇਨਾ ਰਾਤ ਦੀਆਂ ਮੀਟਿੰਗਾਂ ਵਿੱਚ ਅਸੀਂ ਸਭਾ ਦੇ ਸਾਰੇ ਮੈਂਬਰ ਕੁਝ ਨਾ ਕੁਝ ਨਵਾਂ ਸੁਣਾਉਣ ਦੀ ਕੋਸ਼ਿਸ਼ ਕਰਦੇ ਸੀ ਮੈਂ ਵੀ ਬੜੇ ਚਾਰ ਨਾਲੇ ਸਵਰਨਵੀ ਕਹਾਣੀ ਪੜ੍ਹਨੀ ਸੀ ਕਹਾਣੀ ਬਹੁਤ ਵਧੀਆ ਸੀ ਤੇ ਆਧੁਨਿਕ ਨਿੱਕੀ ਕਹਾਣੀ ਦੇ ਮਾਪ ਦੰਡਾਂ ਤੇ ਪੂਰੀ ਉਤਰਦੀ 15 ਕੁ ਮਿੰਟ ਦੀ ਦਿਲਚਸਪ ਕਹਾਣੀ ਕੁਝ ਇਸ ਤਰ੍ਹਾਂ ਸੀ ਦਸਵੇਂ ਚ ਪੜਦੇ ਇੱਕ ਪੰਮੇ ਨਾਂ ਦੇ ਮੁੰਡੇ ਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਪਿੰਡ ਦੀ ਕੁੜੀ ਚਰਨੋ ਨੂੰ ਪਿਆਰ ਕਰਨ ਲੱਗ ਉਹ ਇੱਕ ਦਿਨ ਉਹਨੂੰ ਇਕੱਲੀ ਵੇਖ ਕੇ ਬੁਲਾ ਲੈਂਦਾ ਪਰ ਚਰਨੋ ਅੱਗੋਂ ਗਾਲਾਂ ਦਾ ਬਰਸਟ ਮਾਰ ਦਿੰਦੇ ਆਪਣੇ ਘਰੇ 10 ਦੇਣ ਦਾ ਡਰਾਵਾ ਵੀ ਦੇ ਦਿੰਦੇ ਡਰਿਆ ਹੋਇਆ ਪੰਮਾ ਘਰੇ ਜਾਣ ਦੀ ਬਜਾਏ ਉਸੇ ਪਲ ਸਿੱਧਾ ਆਪਣੇ ਖੇਤਾਂ ਨੂੰ ਭੱਜ ਜਾਂਦਾ ਸਾਰਾ ਦਿਨ ਖੇਤਾਂ 'ਚ ਭੁੱਖਣ ਪਾਣਾ ਲੁਕਦਾ ਫਿਰਦਾ ਹਨੇਰਾ ਹੋਣ ਤੇ ਉਹ ਡਰਦਾ ਡਰਦਾ ਘਰੇ ਵੜਦਾ ਪਰ ਉਹਦਾ ਡਰ ਨਿਰਮੂਲ ਸਾਬਤ ਹੁੰਦਾ ਕਿਉਂਕਿ ਚਰਨੋਂ ਨੇ ਘਰੇ ਨਹੀਂ ਦੱਸਿਆ ਸੀ ਉਲਟਾ ਘਰ ਆਏ ਨੂੰ ਉਹਦੀ ਭੈਣ ਦੱਸਦੀ ਹੈ ਕਿ ਅੱਜ ਚਰਨੋਂ ਆਪਣੇ ਘਰੇ ਆਈ ਸੀ ਕਹਿੰਦੀ ਸੀ ਆਪਣੇ ਭਰਾ ਪੰਮੇ ਨੂੰ ਆਖੀ ਸਾਨੂੰ ਮੰਡੀੋਂ ਲਾਲ ਮਣਕੇ ਤੇ ਤਾਰਾਂ ਲਿਆ ਕੇ ਦੇਵੇ ਆਪਾਂ ਟੋਕਰੀਆਂ ਬਣਾਵਾਂਗੇ ਇਸ ਤਰ੍ਹਾਂ ਕਹਾਣੀ ਦਾ ਬੜਾ ਸੁਖਾਵਾਂ ਤੇ ਨਾਟਕੀ ਅੰਤ ਹੁੰਦਾ ਹੈ ਕਹਾਣੀ ਦੇ ਬਹੁਤ ਹਿੱਸੇ 'ਚ ਖੇਤਾਂ 'ਚ ਭਟਕਦੇ ਨੌਜਵਾਨ ਦੀ ਮਾਨਸਿਕ ਅਵਸਥਾ ਨੂੰ ਬਿਆਨ ਕੀਤਾ ਗਿਆ ਸੀ ਖੇਤਾਂ 'ਚ ਉਹਦਾ ਕਾਲੇ ਨਾਗ ਨਾਲ ਵੀ ਸਾਹਮਣਾ ਹੁੰਦਾ ਹੈ ਜੋ ਉਹਦੇ ਸਾਹਮਣੇ ਆਪਣਾ ਫਣ ਚੁੱਕ ਕੇ ਖੜੋ ਗਿਆ ਸੀ ਅਜਿਹੀ ਸਥਿਤੀ 'ਚ ਨਾਗ ਆਪਣੇ ਸਰੀਰ ਦੀ ਕੁੱਲ ਲੰਬਾਈ ਦਾ ਮੂਰਲਾ ਤੇ ਜਾਇਸਾ ਜ਼ਮੀਨ ਤੋਂ ਉੱਪਰ ਚੁੱਕ ਸਕਦਾ ਹੈ ਮੇਰੀ ਕਹਾਣੀ 'ਚ ਇੱਕ ਵਾਕ ਸੀ ਸੱਪ ਆਪਣਾ ਫਨ ਚੁੱਕ ਕੇ ਪੰਮੇ ਮੂਰੇ ਪੂਛ ਤੇ ਖੜੋ ਗਿਆ ਬਲਦੇਵ ਸਿੰਘ ਨੇ ਤਾੜੀ ਮਾਰ ਕੇ ਗੱਲ ਚੁੱਕ ਲਈ ਕਿ ਸੱਪ ਪੂਛ ਤੇ ਕਿਵੇਂ ਖੜੋ ਸਕਦਾ ਮੇਰੇ ਦੂਜੇ ਸਾਥੀ ਵੀ ਵਿਸ਼ੇਸ਼ ਮਹਿਮਾਨ ਦੀ ਹਾਂਟ ਹਮਲਾਉਣ ਲੱਗੇ ਮੈਂ ਉਹਨਾਂ ਨੂੰ ਸਪਸ਼ਟੀ ਕਰਨ ਦੀ ਕੋਸ਼ਿਸ਼ ਕੀਤੀ ਕਿ ਪੂਛ ਤੇ ਖੜਨ ਤੋਂ ਪਾਵੇ ਨਹੀਂ ਕਿ ਪੂਛ ਦੀ ਟਿਪ ਥੱਲੇ ਲਾ ਕੇ ਛੋਟੀ ਵਾਂਗ ਸਿੱਧਾ ਖੜਾ ਹੋ ਜਾਂਦਾ ਪਰ ਸ਼ਰਾਬੀਆਂ ਦੀ ਮੈਨਾ ਮੰਨੂ ਵਾਲੀ ਗੱਲ ਅੱਗੇ ਮੇਰੀ ਕੋਈ ਪੇਸ਼ ਨਾ ਗਈ ਕਹਾਣੀ ਦੇ ਵਿਸ਼ੇ ਤੇ ਕਲਾਤਮਕ ਪੱਖ ਦੀ ਗੱਲ ਕਰਨ ਦੀ ਬਜਾਏ ਬਲਦੇਵ ਸਿੰਘ بار بار ਕਹਿ ਰਿਹਾ ਸੀ ਲੈ ਸੱਪ ਐ ਕਿਵੇਂ ਪੁੱਛਤੇ ਖੜ ਜੂ ਫਿਰ ਮੈਂ ਆਕ ਕੇ ਕਹਿਤਾ ਕਿ ਨਹੀਂ ਯਾਰ ਤੁਸੀਂ ਸੱਚੇ ਹੋ ਸੱਪ ਪੰਮੇ ਮੂਰੇ ਪੁੱਛਤੇ ਨਹੀਂ ਖੜਾ ਸੀ ਉਹ ਤਾਂ ਗੋਡਿਆਂ ਪਰ ਨੇ ਹੋ ਗਿਆ ਸੀ ਤੇ ਉਸ ਦਿਨ ਮੈਨੂੰ ਲੱਗਾ ਕਿ ਬੰਦਾ ਸਾਇਤ ਕਰਨੀ ਇਹ ਤਾਂ ਵਾਕਈ ਟਰੱਕ ਡਰਾਈਵਰ ਤੇ ਉਹ ਸੀ ਵੀ ਟਰੱਕ ਡਰਾਈਵਰ ਹੀ ਟਰੱਕਾਂ ਵਾਲਿਆਂ ਤੋਂ ਵੱਧ ਪੜਿਆ ਲਿਖਿਆ ਤੇ ਸੰਵੇਦਨਸ਼ੀਲ ਖੂਨ ਕਰਕੇ ਹੁਣੇ ਟਰੱਕ ਡਰਾਈਵਰ ਦੀ ਇੱਕ ਸੱਚੀ ਦਾਸਤਾਨ ਲਿਖ ਕੇ ਨਾਗਮਣੀ ਨੂੰ ਭੇਜਦੀ ਜੋ ਅਮਰਤਾ ਨੇ ਛਾਪ ਦਿੱਤੀ ਇਰੋਨਿਕ ਹੋਰ ਭੇਜੀ ਉਹ ਵੀ ਛੱਪ ਗਈ ਨਾਲ ਹੀ ਉਹਨੂੰ ਅਮਰਤਾ ਦਾ ਪੱਤਰ ਮਿਲਿਆ ਜਿਸ 'ਚ ਲਿਖਿਆ ਸੀ ਕਿ ਮੈਂ ਨਹੀਂ ਜਾਣਦੀ ਕਿ ਤੂੰ ਕੌਣ ਹੈ ਤੇ ਸੜਕਾਂ 'ਚ ਟਰੱਕ ਡਰਾਈਵਰਾਂ ਬਾਰੇ ਤੇਰਾ ਕਿੰਨਾ ਕੋ અનુભਵ ਹੈ ਤੇ ਤੂੰ ਕਿੰਨਾ ਕੋ ਪੜਿਆ ਲਿਖਿਆ ਹੈ ਪਰ ਜੇ ਤੂੰ ਸਾਨੂੰ ਹਰ ਮਹੀਨੇ ਅਜਿਹੀ ਦਿਲਚਸਪ ਰਚਨਾ ਲਿਖ ਕੇ ਭੇਜ ਸਕਦਾ ਹੈ ਤਾਂ ਅਸੀਂ ਆਪਣੇ ਪਰਚੇ 'ਚ ਤੇਰਾ ਸਥਾਈ ਕਾਲਮ ਸ਼ੁਰੂ ਕਰ ਸਕਦੇ ਹਾਂ ਇਸ ਤਰ੍ਹਾਂ ਕਾਲਮ ਸੜਕ ਨਾਮਾਂ ਦਾ ਜਨਮ ਹੋਇਆ ਜੋ ਲਗਭਗ ਨਾਗਮਣੀ ਦੇ ਸ਼ੁਰੂ ਹੋਣ ਤੋਂ ਬੰਦ ਹੋਣ ਤੱਕ ਲਗਾਤਾਰ 20 ਸਾਲ ਚੱਲ ਤੇ ਬਲਦੇਵ ਸਿੰਘ ਸੜਕਨਾਮਾ ਦੇ ਨਾਮ ਨਾਲ ਮਸ਼ਹੂਰ ਹੋ ਗਿਆ। ਇਹ ਕਾਲਮ ਇੰਨਾ ਪੌਪੂਲਰ ਹੋਇਆ ਕਿ ਕਈ ਲੋਕ ਤਾਂ ਸੜਕਨਾਮਾ ਕਰਕੇ ਨਾਗਮਣੀ ਪਰਦੇ ਸੀ ਤੇ ਜਿਸ ਮਹੀਨੇ ਕਾਲਮ ਛਪਣੋਂ ਰਹਿ ਜਾਂਦਾ ਉਹ ਨਾਗਮਣੀ ਨਹੀਂ ਖਰੀਦਦੇ ਸੀ। ਇਸ ਕਰਕੇ ਕਈ ਵਾਰ ਜੇਕਰ ਉਸ ਤੋਂ ਸਮੇਂ ਸਿਰ ਆਰਟੀਕਲ ਨਾ ਭੇਜਿਆ ਜਾਂਦਾ ਤਾਂ ਅਮਰਤਾ ਨਾਗਮਣੀ ਨੂੰ ਪ੍ਰੈਸ 'ਚ ਜਾਣ ਤੋਂ ਰੋਕ ਲੈਂਦੀ ਸੀ ਤੇ ਸੜਕਨਾਮਾ ਦੀ ਕਿਸ਼ਤੌਣ ਤੇ ਹੀ ਪਰਚਾ ਪ੍ਰੈਸ 'ਤੇ ਭੇਜਿਆ ਜਾਂਦਾ ਸੀ। ਅਮਰਤਾ ਜੋ ਬਲਦੇਵ ਸਿੰਘ ਨੂੰ ਜਾਣਦੀ ਤੱਕ ਨਹੀਂ ਸੀ ਜਦੋਂ ਇੱਕ ਵਾਰ ਕਲਕੱਤੇ ਕਿਸੇ ਕੌਮੀ ਸਮਾਗਮ ਤੇ ਗਈ ਤਾਂ ਆਪਣੀ 5 ਸਤਾਰਾ ਹੋਟਲ ਦੀ ਰਹਾਇਸ਼ ਛੱਡ ਕੇ ਬਲਦੇਵ ਦੇ ਛੋਟੇ ਜਿਹੇ ਘਰ ਚ ਖਾਣਾ ਖਾਣ ਚਲੀ ਗਈ। ਉਸ ਸਮੇਂ ਵੱਖ-ਵੱਖ ਪਾਸ਼ਾਵਾਂ ਦੇ ਵੱਡੇ-ਵੱਡੇ ਲੇਖਕ ਮੂੰਹ ਚ ਉਂਗਲਾ ਪਾ ਰਹੇ ਸਨ ਕਿ ਇੱਕ ਡਰਾਈਵਰ ਜਿਹੇ ਬੰਦੇ ਨਾਲ ਉਹ ਕਿਵੇਂ ਚਲੀ ਗਈ। ਉਸ ਦਿਨ ਅਮਰਤਾ ਨੇ ਬਲਦੇਵ ਸਿੰਘ ਦੀ ਪਤਨੀ ਕੁਲਜੀਤ ਕੌਰ ਨੂੰ ਪੁੱਛਿਆ ਕਿ ਤੈਨੂੰ ਪਤਾ ਹੈ ਤੇਰਾ ਘਰ ਵਾਲਾ ਕਿੱਡਾ ਵੱਡਾ ਲੇਖਕ ਹੈ? ਕੁਲਜੀਤ ਕੌਰ ਨੇ ਜਵਾਬ ਦਿੱਤਾ ਵੱਡੇ ਛੋਟੇ ਦਾ ਤਾਂ ਮੈਨੂੰ ਪਤਾ ਨਹੀਂ ਉਹ ਮੈਨੂੰ ਪਤਾ ਹੈ ਵੀ ਇਹ ਲਿਖਦਾ ਤੇ ਸਾਰਾ ਦਿਨ ਮੇਰੀਆਂ ਸੌਂਕਣਾ ਕਿਤਾਬਾਂ ਨਾਲ ਹੀ ਮੱਥਾ ਮਾਰਦਾ ਪਹਿਲਾਂ ਮੇਰੀਆਂ ਸੌਂਕਣਾ ਇਹਦੀਆਂ ਗੱਡੀਆਂ ਹੁੰਦੀਆਂ ਸੀ ਤੇ ਹੁਣ ਕਿਤਾਬਾਂ ਵੀ ਬਣ ਗਈ ਗੁਰਬਖਸ਼ ਸਿੰਘ ਪ੍ਰੀਤਲੜੀ ਨਾਨਕ ਸਿੰਘ ਤੇ ਜਸਵੰਤ ਸਿੰਘ ਕਮਲ ਤੋਂ ਬਾਅਦ ਸ਼ਾਇਦ ਹੀ ਕਿਸੇ ਹੋਰ ਪੰਜਾਬੀ ਲੇਖਕ ਦਾ ਬਲਦੇਵ ਸਿੰਘ ਜਿੰਨਾ ਪਾਠਕ ਵਰਗ ਹੋ ਵਿਦੇਸ਼ਾਂ ਵਿੱਚ ਵੀ ਉਹਦੇ ਅਣਗਿਣਤ ਪਾਠਕ ਹਨ ਜੋ ਉਸ ਨਾਲ ਫੋਨ ਤੇ ਗੱਲਬਾਤ ਕਰਦੇ ਰਹਿੰਦੇ ਉਹਦਾ ਹਰ ਨਾਵਲ ਮੇਲੇ 'ਚ ਨਿਕਲਦੀਆਂ ਤੱਤੀਆਂ ਜਲੇਬੀਆਂ ਵਾਂਗ ਝਟ ਵੇਖ ਜਾਂਦਾ ਹੈ ਅੱਜ ਦੇ ਜੀਵਤ ਲੇਖਕਾਂ ਵਿੱਚੋਂ ਬਲਦੇਵ ਸਿੰਘ ਸਭ ਤੋਂ ਵੱਧ ਪੜਿਆ ਜਾਣ ਵਾਲਾ ਲੇਖਕ ਤੇ ਉਹਨਾਂ ਹੀ ਉਹਦੇ ਹੀ ਸਭ ਲੇਖਕਾਂ ਤੋਂ ਵੱਧ ਰੂਬਰੂ ਹੋ ਰਹੇ ਹਨ ਜਦੋਂ ਉਹਦਾ ਨਾਵਲ ਅੰਨਦਾਤਾ ਇੱਕ ਅਖਬਾਰ 'ਚ ਲੜੀਵਾਰ ਛਪ ਰਿਹਾ ਸੀ ਤਾਂ ਪਿੰਡਾਂ ਦੀਆਂ ਸੱਥਾਂ 'ਚ ਬੈਠੇ ਲੋਕ ਇਸ ਦੇ ਇੱਕ ਇੱਕ ਕਾંડ ਨੂੰ ਕਿਸੇ ਧਾਰਮਿਕ ਗ੍ਰੰਥ ਦੀ ਕਥਾ ਵਾਂਗ ਪੜ੍ਹਦੇ ਸੁਣਦੇ ਸੀ ਮੋਗੇ ਜ਼ਿਲ੍ਹੇ ਦੇ ਪਿੰਡ ਪੰਡੋਰੀ ਅਰਾਈਆਂ ਵਿੱਚ ਤਾਂ ਉਹਦੇ ਨਾਵਲ ਪੰਨਵਾ ਸਹਿਬਜ਼ਾਦਾ ਦਾ ਰੋਜ਼ਾਨਾ ਇੱਕ ਕਾਂਡਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਸਪੀਕਰ 'ਚ ਪੜ੍ਹ ਕੇ ਪਿੰਡ ਵਾਸੀਆਂ ਨੂੰ ਸੁਣਾਇਆ ਜਾਂਦਾ ਸੀ ਇਸ ਨਾਵਲ ਦੇ ਛਪਣ ਤੋਂ ਬਾਅਦ ਤਾਂ ਉਹਨੂੰ ਦਲਿਤ ਸਮਾਜ ਨੇ ਵੀ ਸਿਰਾਂ ਤੇ ਚੁੱਕ ਲਿਆ ਸੀ ਇੱਕ ਡਾਇਨਾਮਿਕ ਗਰੁੱਪ ਆਫ ਰੰਗਰੇਟਾਜ਼ ਨਾਂ ਦੀ ਸੰਸਥਾ ਜਿਸ ਵਿੱਚ ਬਹੁਤ ਛੋਟੀ ਦੇ ਪ੍ਰਸ਼ਾਸਨਿਕ ਅਧਿਕਾਰੀ ਸ਼ਾਮਲ ਹਨ ਇਹ ਅੰਮ੍ਰਿਤਸਰ ਵਿਖੇ ਬਹੁਤ ਹੀ ਵੱਡੇ ਪੱਧਰ ਤੇ ਸਮਾਗਮ ਕਰਕੇ ਉਹਨੂੰ 51000 ਦੀ ਥੈਲੀ ਭੇਟ ਕੀਤੀ ਸੀ ਤੇ ਇਸ ਨਾਵਲ ਦੀਆਂ 5000 ਕਾਪੀਆਂ ਖਰੀਦ ਕੇ ਆਪਣੇ ਦਲਿਤ ਭਾਈਚਾਰੇ 'ਚ ਵੰਡ ਦਿੱਤੀਆਂ ਸੀ ਜਦੋਂ ਬਲਦੇਵ ਸਿੰਘ ਨੂੰ ਟੁੱਡੀ ਕੇ ਟਰਸਟ ਦਾ ਇਨਾਮ ਮਿਲਿਆ ਤਾਂ ਉਹਦੇ ਉਹ ਇੱਕ ਮਿੱਤਰ ਨੇ ਵਧਾਈ ਦਿੱਤੀ ਤਾਂ ਉਹਨੇ ਢਿੱਲੀ ਜਿਹੀ ਆਵਾਜ਼ 'ਚ ਕਿਹਾ ਇਹ ਤਾਂ ਯਾਰ ਲੋਕਲ ਇਨਾਮ ਹੀ ਸੀ ਤੇ ਫਿਰ ਮਿੱਤਰ ਨੇ ਉਹਦੇ ਗਿੱਟਿਆਂ ਤੇ ਮਾਰਦੇ ਕਿ ਆ ਜੇ ਲੋਕਲ ਇਨਾਮ ਤਾਈ ਪਹੁੰਚਣ ਤੈਨੂੰ 30 ਸਾਲ ਲੱਗ ਗਏ ਦਿੱਲੀ ਤਾਂ ਫਿਰ ਅਜੇ ਬਹੁਤ ਦੂਰ ਹੈ ਉੱਥੇ ਵਾਲੇ ਨਾਮ ਤੱਕ ਪਹੁੰਚਣ ਨੂੰ ਤਾਂ ਤੈਨੂੰ 100 ਸਾਲ ਲੱਗਣਗੇ ਤੇ ਲੱਗਦਾ ਵੀ ਓਹੀ ਸੀ ਪਹਿਲਾਂ ਪਹਿਲ ਯੂਨੀਵਰਸਿਟੀਆਂ ਦੇ ਸਾਡੇ ਪ੍ਰੋਫੈਸਰਾਂ ਤੇ ਮੱਠਾਂ ਦੇ ਆਗੂ ਵਿਦਵਾਨ ਲੋਕ ਉਹਨੂੰ ਥੜੇ ਨਹੀਂ ਸੀ ਚੜ੍ਹਨ ਦਿੰਦੇ ਤੇ ਉਹਨੂੰ ਟਰੱਕ ਡਰਾਈਵਰ ਹੀ ਸਮਝ ਕੇ ਉਹਦੀਆਂ ਲਿਖਤਾਂ ਨੂੰ ਅੱਖੋਂ ਪਰੋਖੇ ਕਰੀ ਜਾਂਦੇ ਸੀ ਪਰ ਬਹੁਤਾ ਸਮਾਂ ਉਹਨੂੰ ਨਜ਼ਰ ਅੰਦਾਜ਼ ਨਾ ਕੀਤਾ ਜਾ ਸਕਿਆ ਤੇ ਕੁਝ ਸਮੇਂ ਬਾਅਦ ਹੀ ਉਹਦੇ ਸਾਹਿਤ ਅਕੈਡਮੀ ਤੇ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦੇ ਇਨਾਮਾਂ ਦੇ ਟਿੱਕੇ ਲੱਗ ਗਏ ਇੱਥੋਂ ਤੱਕ ਪਹੁੰਚਣ ਲਈ ਉਹਨੂੰ ਬਹੁਤ ਹੀ ਮਿਹਨਤ ਤੇ ਸੰਘਰਸ਼ ਕਰਨਾ ਪਿਆ ਇੱਕ ਡਰਾਈਵਰ ਬੰਦਾ ਆਮ ਬੰਦਿਆਂ ਦੇ ਮੁਕਾਬਲੇ ਇਹ ਗੱਲ ਬਿਹਤਰ ਸਮਝਦਾ ਹੈ ਕਿ ਖੁੱਭੀ ਕਿਵੇਂ ਕੱਢੀ ਦੀ ਹੈ। ਬਹੁਤੇ ਲੇਖਕ ਹਿੱਲੇ ਵਸੀਲੇ ਵਰਤ ਕੇ ਇਸ ਸਾਹਿਤ ਅਕੈਡਮੀ ਵਾਲਾ ਉੱਚਾ ਨਾਮ ਪ੍ਰਾਪਤ ਕਰਤਾ ਲੈਂਦੇ ਆ ਪਰ ਫਿਰ ਅਕੈਡਮੀ ਦੇ ਇਸ ਪਾਲੇ ਨੂੰ ਟੱਚ ਕਰਨਸਾਰ ਉਹਨਾਂ ਦਾ ਸਾਹ ਟੁੱਟ ਜਾਂਦਾ ਹੈ। ਪਿਛਲੇ 20 ਕੁ ਸਾਲਾਂ ਚ ਕਿੰਨੇ ਹੀ ਸਾਹਿਤ ਅਕੈਡਮੀ ਇਨਾਮ ਜੇਤੂ ਲੇਖਕਾਂ ਦੇ ਨਾਂ ਪਾਟਕਾਂ ਦੀ ਯਾਦਦਾਸ਼ਤ ਵਾਲੀ ਫੱਟੀ ਤੋਂ ਪੁੱਜੇ ਗਏ ਹਨ। ਪਰ ਬਲਦੇਵ ਸਿੰਘ ਤਾਂ ਲੰਮੀ ਰੇਸ ਦੇ ਘੋੜੇ ਵਾਂਗ ਹੁਣ ਵੀ ਸਾਹਿਦ ਦੇ ਮੈਦਾਨ ਚ ਸਰਪਟ ਦੌੜ ਰਿਹਾ ਹੈ। ਦੂਰ ਤੱਕ ਉਹਦੇ ਪਿੱਛੇ ਆਉਂਦਾ ਕੋਈ ਨਜ਼ਰ ਵੀ ਨਹੀਂ ਆ ਰਿਹਾ। ਉਹਦਾ ਜੀਵਨ ਅਨੁਭਵ ਬਹੁਤ ਹੀ ਵਿਸ਼ਾਲ ਤੇ ਵਿਭਿੰਨ ਤਰ੍ਹਾਂ ਦਾ ਹੈ। ਉਹਨੇ ਦੇਸ਼ ਦਾ ਸਭ ਦਿੱਲੀ ਤੱਕਣ ਗਾਇਆ ਹੋਇਆ ਹੈ। ਉਸ ਕੋਲ ਵੱਖ-ਵੱਖ ਖੇਤਿਆਂ ਦੇ ਵੱਖ-ਵੱਖ ਤਰ੍ਹਾਂ ਦੇ ਲੋਕਾਂ ਬਾਰੇ ਬੇਮਿਸਾਲ ਜਾਣਕਾਰੀ ਹੋਣ ਕਰਕੇ ਲਿਖਣ ਲਈ ਇੰਨਾ ਮਸਾਲਾ ਜਮਾ ਹੋਇਆ ਪਿਆ ਜੋ ਦੋ ਜਨਮਾਂ 'ਚ ਨਹੀਂ ਲਿਖ ਸਕਦਾ। ਇਸੇ ਕਰਕੇ ਉਹਦੇ ਨਾਵਲਾਂ 'ਚ ਕਦੇ ਵੀ ਵਿਸ਼ੇ ਦਾ ਦਹਰਾਓ ਨਹੀਂ ਹੁੰਦਾ। ਸਾਹਿਤ ਅਕੈਡਮੀ ਦਾ ਇਨਾਮ ਜਿੱਤੂ ਹੋਣ ਤੋਂ ਬਾਅਦ ਵੀ ਉਨੇ ਪੰਜਾਬੀ ਸਾਇਦ ਦੀ ਝੋਲੀ 'ਚ ਸੱਤ ਮਿਆਰੀ ਨੋਵਲ ਹੋਰ ਪਾ ਦਿੱਤੇ ਆ। ਸਾਇਤ ਅਕੈਡਮੀ ਅਵਾਰਡ ਇੱਕ ਵਾਰ ਕਿਸੇ ਲੇਖਕ ਨੂੰ ਦੇਣ ਤੋਂ ਬਾਅਦ 10 ਸਾਲਾਂ ਵਿੱਚੋਂ ਫਿਰ ਉਸੇ ਲੇਖਕ ਦੀ ਕਿਸੇ ਹੋਰ ਕਿਰਤ ਨੂੰ ਵੀ ਦਿੱਤਾ ਜਾ ਸਕਦਾ ਹੈ। ਤੇ ਜੇ ਬਲਦੇਵ ਸਿੰਘ ਇਸੇ ਰਫ਼ਤਾਰ ਤੇ ਮਿਆਰ ਨਾਲ ਲਿਖਦਾ ਰਿਹਾ ਹੋ ਸਕਦਾ ਦੂਜੀ ਵਾਰ ਵੀ ਸਾਇਤ ਅਕੈਡਮੀ ਅਵਾਰਡ ਲੈ ਜਾਵੇ ਜੋ ਅਜੇ ਤੱਕ ਕਿਸੇ ਵੀ ਪੰਜਾਬੀ ਲੇਖਕ ਨੂੰ ਦੋ ਵਾਰ ਹਾਸਲ ਨਹੀਂ ਹੋਇਆ। ਕੇ ਐਲ ਗਰਗ ਕਹਿੰਦਾ ਹੁੰਦਾ ਹੈ ਕਿ ਜਿਵੇਂ ਕੁਕੜੀ ਹਰਦੇ ਨਹੀਂ ਕੰਡਾ ਦੇ ਦਿੰਦੀ ਉਸੇ ਤਰ੍ਹਾਂ ਬਲਦੇਵ ਸਿੰਘ ਵੀ ਹਰ ਸਾਲ ਇੱਕ ਨੋਵਲ ਦੇ ਦਿੰਦਾ ਤੇ ਕੁਕੜੀ ਤਾਂ ਕੁਝ ਆਂਡੇ ਦੇ ਕੇ ਸੇਵਾ ਮੰਗ ਲੈਂਦੀ ਹੈ ਪਰ ਬਲਦੇਵ ਤਾਂ ਸੇਵਾ ਵੀ ਨਹੀਂ ਮੰਗਦਾ ਮੋਗੇ ਕਾਲਜ 'ਚ ਪੜਨ ਸਮੇ ਉਹਨੇ ਆਪਣਾ ਤਖੱਲਸ ਪ੍ਰੇਮੀ ਰੱਖ ਲਿਆ ਤੇ ਉਹਦੇ ਪੰਜਾਬੀ ਦੇ ਪ੍ਰੋਫੈਸਰ ਕਿਰਪਾਲ ਸਾਗਰ ਨੇ ਉਹਨੂੰ ਪੁੱਛਿਆ ਕਿ ਕੀ ਤੈਨੂੰ ਪ੍ਰੇਮੀ ਦੇ ਅੰਗਰੇਜ਼ੀ ਅਰਥਾਂ ਦਾ ਪਤਾ ਹੈ ਪ੍ਰੋਫੈਸਰ ਸਾਗਰ ਦਾ ਵਿਅੰਗ ਸਮਝ ਕੇ ਉਹਨੇ ਮਹੀਨਾ ਕੋ ਪਹਿਲਾਂ ਹੀ ਆਪਣੇ ਨਾਂ ਨਾਲ ਜੋੜਿਆ ਤਖੱਲਸ ਤਲਾਹ ਸੁਟਿਆ ਪਰ ਬਾਤੋ ਦੇ ਨਾਮ ਨਾਲ ਅਨੇਕਾਂ ਤਖ਼ਲਸ ਆਪਣੇ ਆਪ ਹੀ ਜੁੜਦੇ ਗਏ। ਕਦੇ ਉਹਨੂੰ ਬਲਦੇਵ ਸਿੰਘ ਮੋਗਾ ਕਿਹਾ ਗਿਆ, ਕਦੇ ਬਲਦੇਵ ਸਿੰਘ ਕਲਕੱਤਾ। ਉਹਦੀਆਂ ਲਿਖਤਾਂ ਪਾਟਕਾਂ 'ਚ ਇੰਨੀਆਂ ਮਕਬੂਲ ਹੋਈਆਂ ਕਿ ਉਹਦੀ ਰਚਨਾ ਦਾ ਨਾਂ ਹੀ ਉਹਦਾ ਤਖ਼ਲਸ ਬਣਨ ਲੱਗ ਪਿਆ। ਭਾਰਤ ਦੀਆਂ ਸੜਕਾਂ ਗੋਂਦੇ ਤੇ ਸਮਾਜ ਵਿੱਚ ਬਦਨਾਮ ਭਾਈਚਾਰੇ ਦੇ ਤੌਰ ਤੇ ਜਾਣੇ ਜਾਂਦੇ। ਟਰੱਕ ਡਰਾਈਵਰਾਂ ਬਾਰੇ ਕਾਲਮ, ਸੜਕਨਾਮਾ, ਨਾਗਮਣੀ 'ਚ ਲਿਖਣ ਲੱਗਿਆ ਤਾਂ ਉਹ ਸੜਕਨਾਮਾ ਦੇ ਤੌਰ ਤੇ ਜਾਣਿਆ ਜਾਣ ਲੱਗਾ। ਤੇ ਜਦੋਂ ਉਹਦਾ ਨਾਵਲ ਲਾਲ ਬੱਤੀ ਆਇਆ ਤਾਂ ਉਹਦਾ ਤਖੱਲਸ ਲਾਲਬੱਤੀ ਬਣ ਗਿਆ ਜਦੋਂ ਉਹਦਾ ਨਾਵਲ ਅਨੰਦਾਤਾ ਚਪਿਆ ਤਾਂ ਉਹਦੇ ਨਾਂ ਨਾਲ ਅਨੰਦਾਤਾ ਜੁੜ ਗਿਆ ਇੱਕ ਵਾਰ ਰਜਿੰਦਰ ਬਿਮਲ ਨੇ ਉਹਨੂੰ ਮੁਖਾਲ ਕਰਦੇ ਕਿਹਾ ਬਲਦੇਵ ਤੂੰ ਜਿਹੜਾ ਵੀ ਨਵਾਂ ਨਾਵਲ ਲਿਖਦਾ ਹੈ ਉਸੇ ਦਾ ਨਾਂ ਤਖੱਲਸ ਬਣ ਕੇ ਤੇਰੇ ਨਾਂ ਨਾਲ ਚਿਪਕ ਜਾਂਦਾ ਹੈ ਤੇ ਜੇ ਤੂੰ ਆਪਣੇ ਆਉਣ ਵਾਲੇ ਨਾਵਲ ਦਾ ਨਾਂ ਬਦਮਾਸ਼ ਰੱਖ ਲਿਆ ਤਾਂ ਕੀ ਬਣੂ ਹਾਜ਼ਰ ਜਵਾਬ ਬਲਦੇਵ ਸਿੰਘ ਨੇ ਕਿਹਾ ਆਹਾ ਬੇਮਲ ਮੈਂ ਇੰਨਾ ਭੋਲਾ ਨਹੀਂ ਮੈਂ ਤਾਂ ਨਵੇਂ ਨਾਵਲ ਦਾ ਨਾਂ ਜੀਜਾ ਜੀ ਤਾਂ ਭਾਵੇਂ ਰੱਖ ਲਵਾਂ ਤੇ ਹੁਣ ਪਾਠਕ ਜਾਂ ਆਲੋਚਕ ਵੀ ਉਹਦੇ ਕਿੰਨੇ ਕੁ ਤਖੱਲਸ ਰੱਖਣ ਉਹ ਅਫਲਾਤੂਨ ਤਾਂ ਨਾਵਲ ਰਚੀ ਜਾ ਰਿਹਾ ਹੈ 인ਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਦੋਂ ਦੇਸ਼ ਦੇ ਕਈ ਹਿੱਸਿਆਂ 'ਚ ਸਿੱਖਾਂ ਦੇ ਖਿਲਾਫ ਰੋਹ ਪੈਦਾ ਹੋ ਗਿਆ ਤਾਂ ਉਹਨੇ ਆਪਣੇ ਕਲਕੱਤੇ ਵਾਲਾ ਕਾਰੋਬਾਰ ਸਮੀਟ ਕੇ ਮੁੱਗੇ ਘਰ ਵਾਪਸੀ ਕਰ ਲਈ ਉਦੋਂ ਤੋਂ ਆਨ ਗਵਾਂਡ ਲਈ ਬਲਦੇਵ ਸਿੰਘ ਕਲਕੱਤਾ ਉਹਨੇ ਵੀ ਕ੍ਰਿਸ਼ਨਾ ਨਗਰ 'ਚ ਬਣੀ ਆਪਣੀ ਕੋਠੀ ਦੇ ਗੇਟ ਤੇ ਬਲਦੇਵ ਸਿੰਘ ਕਲਕੱਤਾ ਦੀ ਤਖਤੀ ਲਵਾ ਰੱਖੀ ਹੈ ਜੀਵਨ ਵਿੱਚ ਜਿੰਨੇ ਸੰਘਰਸ਼ਮਈ ਤੇ ਔਜੜ ਰਾਹਾਂ ਤੇ ਬਲਦੇਵ ਸਿੰਘ ਚੱਲਿਆ ਸ਼ਾਇਦ ਹੀ ਕੋਈ ਪੰਜਾਬੀ ਲੇਖਕ ਚੱਲਿਆ ਹੋਵੇ ਇਹ ਗੱਲ ਵੀ ਕਿਸੇ ਨੇ ਚੜ੍ਹਦੇ ਲੈਂਦੇ ਨਹੀਂ ਸੁਣੀ ਹੋਣੀ ਕਿ 15 16 ਜਮਾਤਾਂ ਪਾਸ ਕਰਕੇ ਕੋਈ ਸੋਹਣੇ ਜਿਹੇ ਪਹਾੜੀ ਇਲਾਕੇ ਦੇ ਵਧੀਆ ਜਿਹੇ ਸਕੂਲ ਚ ਅਧਿਆਪਕ ਦੀ ਸਰਕਾਰੀ ਨੌਕਰੀ ਕਰਦਾ ਬੰਦਾ ਆਪਣੀ ਕੁਰਸੀ ਤੇ ਬੈਠਣ ਵਾਲੀ ਨੌਕਰੀ ਨੂੰ ਲੱਤ ਮਾਰ ਕੇ ਪ੍ਰਦੇਸਾਂ 'ਚ ਜਾ ਕੇ ਟਰੱਕ ਡਰਾਈਵਰਾਂ ਦਾ ਖਲਾਸੀ ਬਣ ਜਾਏ ਪਰ ਬਲਦੇਵ ਸਿੰਘ ਨੇ ਇਹੀ ਕੁਝ ਕੀਤਾ ਅਚਾਨਕ ਹੀ ਮਿਲਣ ਆਏ ਤਾਏ ਦੇ ਪੁੱਤ ਵੱਲੋਂ ਵਿਖਾਏ ਸਬਜ਼ ਬਾਗਾਂ ਦੇ ਲਾਲਚ ਵਿੱਚ ਆਪਣੀ ਬੀਏ ਬੀਐਡ ਅਧਿਆਪਕ ਦੀ ਨੌਕਰੀ ਛੱਡ ਕੇ ਤੇ ਬਿਨਾ ਮਾਪਿਓ ਦੀ ਸਹਿਮਤੀ ਲੈ ਕਲਕੱਤੇ ਭੱਜ ਜਾਂਦਾ ਹੈ ਹਰ ਕੋ ਯੋਧੇ ਇਸ ਤਰ੍ਹਾਂ ਨੌਕਰੀ ਛੱਡ ਜਾਣ ਤੇ ਹੈਰਾਨ ਤਾਂ ਹੁੰਦਾ ਹੀ ਹੈ ਨਾਲ ਹੀ ਇਹ ਗੱਲ ਕਿਸੇ ਦੇ ਸੰਗੋਂ ਵੀ ਨਹੀਂ ਉਤਰਦੀ ਉਸ ਸਮੇਂ ਉਹਦੇ ਸਿਰ ਦੇ ਕੇਸ ਕੱਟੇ ਹੋਏ ਸਨ ਉਹ ਪੱਗ ਵੀ ਨਹੀਂ ਬੰਨਦਾ ਹੁੰਦਾ ਸੀ ਉਹਦੇ ਸਾਥੀ ਡਰਾਈਵਰ ਉਹਦੀ ਫਿਲਮੀ ਐਕਟਰਾਂ ਵਰਗੀ ਸ਼ਕਲ ਸੂਰਤ ਵੇਖ ਕੇ ਤਾਂ ਇਹੀ ਸਮਝਦੇ ਸੀ ਕਿ ਉਹਨੇ ਸਕੂਲ ਚ ਪੜਦੀ ਕਿਸੇ ਕੁੜੀ ਕਤਰੀ ਜਾਂ ਮਾਸਟਰਾਨੀ ਨੂੰ ਛੇੜ-ਛੂੜ ਲਿਆ ਹੋਣਾ ਤਾਂ ਹੀ ਉਹ ਡਰ ਦਾ ਕਲਕੱਤੇ ਨੂੰ ਭੱਜ ਆਇਆ ਗਰਗ ਤਾਂ ਹੁਣ ਵੀ ਕਹਿ ਦਿੰਦਾ ਹੈ ਵੀ ਚੰਗਾ ਰਹਿ ਗਿਆ ਬਲਦੇਵ ਪਹਿਲਾਂ ਹੀ ਮਾਸਟਰੀ ਛੱਡ ਕੇ ਭੱਜ ਗਿਆ ਨਹੀਂ ਤਾਂ ਉਹਨੇ ਛੇੜਛੂੜ ਵਾਲਾ ਕੰਮ ਤਾਂ ਬਾਅਦ ਵਿੱਚ ਵੀ ਕਰ ਹੀ ਦੇਣਾ ਸੀ ਇੱਕ ਤਾਂ ਉਹਦਾ ਕਿਤਾਈ ਟਰੱਕ ਡਰਾਈਵਰਾਂ ਵਾਲਾ ਰਿਹਾ ਤੇ ਦੂਜਾ ਉਹਦਾ ਚਿਹਰਾ ਮੋਹਰਾ ਵੀ ਵੇਖਣ ਨੂੰ ਤਾਂ ਸ਼ਰਾਰਤੀ ਲੱਗਦਾ ਪਰ ਉਹ ਜਿਹਿਆ ਨਹੀਂ ਹੈ ਉਹ ਤਾਂ ਇਸਤਰੀ ਜਾਤੀ ਦਾ ਸਨਮਾਨ ਕਰਨ ਵਾਲਾ ਉਹਦੇ ਦੁੱਖਾਂ ਦਰਦਾਂ ਨੂੰ ਸਮਝਣ ਤੇ ਬਿਆਨਣ ਵਾਲਾ ਮਨੁੱਖ ਹੈ ਜਿਸ ਨੇ ਇਸਤਰੀਆਂ ਦੀ ਵੇਦਨਾ ਦਾ ਕਰੁਣਾਮਈ ਬਿਆਨ ਕੀਤਾ ਇਸੇ ਤਰ੍ਹਾਂ ਇਸ ਤ੍ਰਿ ਲੇਖਕਾ ਵਾਹ ਬੇ ਨਹੀਂ ਕਰ ਸਕੀ। ਉਹਦੇ ਪਹਿਲੇ ਨੋਵਲ ਕਲਰੀ ਧਰਤੀ ਚ ਵਿਆਹ ਦੀ ਉਮਰੋਂ ਟੱਪਦੀ ਜਾਂਦੀ ਇੱਕ ਘਰ ਦੀ ਨੌਜਵਾਨ ਲੜਕੀ ਦੀ ਮਾਨਸਿਕ ਹਾਲਤ ਦਾ ਮਾਰਮਿਕ ਵਰਣਨ ਕੀਤਾ ਗਿਆ। ਉਹਦਾ ਨੋਵਲ ਲਾਲ ਬੱਤੀ ਵੀ ਸਮਾਜ ਚ ਸਭ ਤੋਂ ਘਟੀਆ ਸਮਝੇ ਜਾਣ ਵਾਲੇ ਪੇਸ਼ੇ ਵਿੱਚ ਪਈਆਂ ਗਰੀਬ ਲਾਚਾਰ ਤੇ ਬੇਬਸਔਰਤਾਂ ਦੀ ਜ਼ਿੰਦਗੀ ਦਾ ਹਿਰਦੇ ਵੇਦਕ ਵਰਣਨ ਹੈ ਜਿਹਨੂੰ ਪੜ ਕੇ ਪਾਟਕਾਂ ਦੇ ਮਨਾਂ ਚ ਕੋਠੇ ਵਾਲੀਆਂ ਔਰਤਾਂ ਨਾਲ ਹਮਦਰਦੀ ਵੀ ਹੁੰਦੀ ਹੈ। ਉਸ ਥਾਂ ਤੇ ਜਾਣ ਦਾ ਵਿਚਾਰ ਮੁੱਲੋਂ ਹੀ ਉਹਨਾਂ ਦੇ ਮਨਾਂ ਚੋਂ ਨਿਕਲ ਜਾਂਦਾ ਹੈ। ਇਸੇ ਤਰ੍ਹਾਂ ਨਾਵਲ ਗੰਦਲੇ ਪਾਣੀ ਚ ਵੇਸਵਾ ਗਿਰੀ ਦੇ ਧੰਦੇ ਚਾਈਆਂ ਔਰਤਾਂ ਦੇ ਸਮਾਜਿਕ ਆਰਥਿਕ ਤੇ ਮਾਨਸਿਕ ਚਿੱਤਰਣ ਦਾ ਕਮਾਲ ਦਾ ਵਰਣਨ ਹੈ। ਉਹਨੇ ਔਰਤ ਦੀਆਂ ਦੱਬੀਆਂ ਭਾਵਨਾਵਾਂ ਤੇ ਜਜ਼ਬਾਤਾਂ ਨੂੰ ਹੀ ਜ਼ੁਬਾਨ ਦਿੱਤੀ। ਉਹਦੀ ਇੱਕ ਚਰਚਿਤ ਕਹਾਣੀ ਫੁਲਕਾਰੀ ਦੀ ਨਾਇਕਾ ਆਪਣੇ ਪਤੀ ਦੀ ਜਾਇਦਾਦ ਖਰੀਦਣ ਦੀ ਹਵਸ ਤੋਂ ਦੁਖੀ ਹੋ ਕੇ ਕੋਠੇ ਦੀ ਛੱਤ ਤੇ ਚੜ੍ਹ ਕੇ ਐਲਾਨ ਕਰ ਦਿੰਦੀ ਹੈ ਕਿ ਪਿੰਡਾ ਮੈਂ ਵਿਕਾਉਂ ਆ ਮੈਨੂੰ ਖਰੀਦਣ ਵਾਲਾ ਹੈ ਕੋਈ। ਆਮ ਤੌਰ ਤੇ ਬੰਤੋਈ ਬਹੁਤਿਆਂ ਕਿਤਾਬਾਂ ਪੜਨ ਵਾਲੇ ਬੱਚੇ ਹੀ ਵੱਡੇ ਹੋ ਕੇ ਲੇਖਕ ਬਣਦੇ ਆ ਪਰ ਬਲਦੇਵ ਸਿੰਘ ਅਜਿਹਾ ਲੇਖਕ ਹੈ ਜੋ ਲੇਖਕ ਬਣ ਕੇ ਕਿਤਾਬਾਂ ਪੜਨ ਲੱਗਿਆ ਜਦੋਂ ਉਹਦਾ ਨਾਗਮਣੀ ਚ ਕਾਲਮ ਛਪਣ ਲੱਗਿਆ ਤਾਂ ਉਹਨੂੰ ਵੀ ਸਾਹਿਤ ਪੜਨ ਦੀ ਚੇਟਕ ਲੱਗ ਗਈ ਤੇ ਉਹ ਕਲਕੱਤੇ ਦੀ ਨੈਸ਼ਨਲ ਲਾਇਬ੍ਰੇਰੀ ਦਾ ਮੈਂਬਰ ਬਣ ਕੇ ਪੁਸਤਕਾਂ ਪੜ ਪੜ ਕੇ ਅਗਲੀਆਂ ਪਿਛਲੀਆਂ ਕਸਰਾਂ ਕੱਢਣ ਲੱਗਿਆ ਉਹਨੂੰ ਟਰੱਕ ਚਲਾਉਂਦੇ ਵਕਤ ਜਿੱਥੇ ਕਿਤੇ ਵੀ ਵਕਤ ਮਿਲਦਾ ਆਪਣੇ ਟਰੱਕ ਦੇ ਕੈਬਿਨ ਚ ਜਾ ਕੇ ਪੜਨ ਜਾਂ ਲਿਖਣ ਬੈਠ ਜਾਂਦਾ ਜਦੋਂ ਕਿ ਉਹਦੇ ਸਾਥੀ ਡਰਾਈਵਰ ਟਾਬਿਆਂ ਤੇ ਸ਼ਰਾਬਾਂ ਪੀ ਕੇ ਖਰਮਸਤੀਆਂ ਕਰਦੇ ਰਹਿੰਦੇ। ਲੰਮੇ ਸਫ਼ਰਾਂ ਦੇ ਸਮੇਂ ਉਹਦੇ ਟਰੱਕ ਦਾ ਕੈਬਿਨ ਹੀ ਉਹਦਾ ਸਟੱਡੀ ਕਮ ਰਾਈਟਿੰਗ ਰੂਮ ਹੁੰਦਾ ਸੀ। ਉਹਨੇ ਬਹੁਤ ਸਾਰੀਆਂ ਕਿਤਾਬਾਂ ਆਪਣੇ ਟਰੱਕ ਦੇ ਕੈਬਿਨ 'ਚ ਬੈਠ ਕੇ ਹੀ ਪੜ੍ਹੀਆਂ। ਇਸੇ ਤਰ੍ਹਾਂ ਕਈ ਕਹਾਣੀਆਂ ਵੀ ਉਹਨੇ ਆਪਣੇ ਟਰੱਕ ਦੇ ਕੈਬਿਨ 'ਚ ਬੈਠ ਕੇ ਹੀ ਲਿਖੀਆਂ। ਜਦੋਂ ਉਹਦੇ ਕਹਾਣੀ ਸੰਗ੍ਰਹਿ ਹਵੇਲੀ ਛਾਵੇਂ ਖੜਾ ਰੱਬ ਤੇ ਗੋਸ਼ਟੀ ਹੋਈ ਤਾਂ ਤੇਜਵੰਤ ਮਾਨ ਨੇ ਉਹਦੀਆਂ ਕਹਾਣੀਆਂ ਦੀ ਬਹੁਤ ਹੀ ਕਰੜੀ ਆਲੋਚਨਾ ਕਰ ਦਿੱਤੀ। ਉਦੋਂ ਇਸ ਡਾਂਗ ਮਾਰੂ ਆਲੋਚਨਾ ਦੇ ਜਵਾਬ ਚ ਕੇ ਐਲ ਗਰਗ ਨੇ ਇੱਕ ਟੋਟਕਾ ਸੁਣਾ ਕੇ ਕਿਹਾ ਸੀ ਕਿ ਲੇਖਕ ਨੂੰ ਪੰਜਾਬੀ ਸਹਿਤ ਦੇ ਇਹਨਾਂ ਪੁਲਸੀਆ ਆਲੋਚਕਾਂ ਤੋਂ ਨਹੀਂ ਡਰਨਾ ਚਾਹੀਦਾ ਤੇ ਆਪਣੀ ਲਿਖਣ ਵਾਲੀ ਗੱਡੀ ਪਹੁੰਚਾਉਦਾ ਹੀ ਰਹਿਣਾ ਚਾਹੀਦਾ ਉਸ ਵਕਤ ਬਲਦੇਵ ਸਿੰਘ ਨੇ ਆਪਣੀ ਸੀਟ ਤੇ ਖੜਾ ਹੋ ਕੇ ਕਿਹਾ ਸੀ ਮੈਂ ਡਰਨ ਵਾਲਾ ਬੰਦਾ ਨਹੀਂ ਹਾਂ ਤੇ ਮੇਰਾ ਬਾਤਾ ساری ਉਮਰ ਇਹੋ ਜੇ ਪੁਲਸੀਆਂ ਨਾਲ ਹੀ ਪੈਂਦਾ ਰਿਹਾ ਜਦੋਂ ਉਹ ਇਹ ਜਵਾਬ ਦੇ ਰਿਹਾ ਸੀ ਤਾਂ ਉਹਦਾ ਲਾਲ ਚਿਹਰਾ ਤੰਦੂਰ ਵਾਂਗ ਤਪ ਰਿਹਾ ਸੀ ਤੇ ਉਹਦੇ ਚਿਹਰੇ ਉੱਪਰ ਝਲਕਦਾ ਆਤਮ ਵਿਸ਼ਵਾਸ ਤੇ ਜਲੌ ਵੀ ਵੇਖਣ ਵਾਲਾ ਸੀ ਉਹਦੇ ਜਵਾਬ ਦੀ ਦਾਦ ਪੰਡਾਲ 'ਚ ਬੈਠੇ ਦਰਸ਼ਕਾਂ ਨੇ ਵੀ ਖੂਬ ਤਾੜੀਆਂ ਮਾਰੀਆਂ ਟਰੱਕ ਡਰਾਈਵਰਾਂ ਵਾਲੀ ਸਖਤ ਜ਼ਿੰਦਗੀ ਹੰਡਾਈ ਹੋਣ ਕਾਰਨ ਤੇ ਆਪਣੇ ਆਤਮ ਵਿਸ਼ਵਾਸ ਦੇ ਬਲ ਸਦਕਾ ਉਹ ਛੇਤੀ ਕੀਤੇ ਕਬਰੌਂਦਾ ਵੀ ਨਹੀਂ ਉਹਦੇ ਨੋਵਲ ਸੂਰਜ ਦੀ ਅੱਖ ਦੇ ਮਹਾਨਾਇਕ ਮਹਾਰਾਜਾ ਰਣਜੀਤ ਸਿੰਘ ਦੇ ਕਿਰਦਾਰ ਦੀ ਪੇਸ਼ਕਾਰੀ ਦੇ ਵਿਰੋਧ ਵਿੱਚ ਕੱਟੜ ਪੰਥੀਆਂ ਨੇ ਫੇਸਬੁੱਕ ਫਰੰਟ ਤੇ ਬਹੁਤੀ ਹੂਲ ਜਲੂਲ ਤੇ ਧਮਕੀਆਂ ਭਰੀ ਪਾਸ਼ਾ ਵਿੱਚ ਉਹਦਾ ਮਨੋਬਲ ਡੇਗਣ ਦੀ ਕੋਸ਼ਿਸ਼ ਕੀਤੀ ਸੀ ਪਰ ਬਲਦੇਵ ਡੋਲਿਆ ਜਾਂ ਡਰਿਆ ਪਰ ਬੇਦਲੀਲੇ ਇਲਜ਼ਾਮਾਂ ਕਰਕੇ ਨਿਰਾਸ਼ ਜ਼ਰੂਰ ਹੋ ਗਿਆ ਸੀ ਅਸਲ 'ਚ ਉਹ ਨਾਵਲ ਪੰਜਵਾਂ ਸੈਭਜਾਦਾ ਤੇ ਮਹਾਬਲੀ ਸੂਰਾ ਲਿਖਣ ਤੋਂ ਬਾਅਦ ਹੀ ਸਿੱਖ ਕੱਟੜ ਪੰਥੀਆਂ ਦੀ ਅੱਖਾਂ 'ਚ ਰੜਕਣ ਲੱਗ ਪਿਆ ਸੀ ਕਿਉਂਕਿ ਇਹਨਾਂ ਨਾਵਲਾਂ 'ਚ ਉਹਨੇ ਵਿਗਿਆਨਕ ਸੋਚ ਤੇ ਪਹਿਰੇ ਦੰਦੇ ਹੋਏ ਕਰਾਮਾਤਾ ਤੇ ਗੈਬੀ ਸ਼ਕਤੀਆਂ ਦਾ ਖੰਡਨ ਕਰਦੇ ਹੋਏ ਇਹਨਾਂ ਵਿੱਚਲੇ ਨਾਇਕਾ ਨੂੰ ਮਨੁੱਖਾਂ ਦੇ ਤੌਰ ਤੇ ਹੀ ਚਿਤਰਿਆ ਅਸਲ 'ਚ ਬਲਦੇਵ ਸਿੰਘ ਵਿਗਿਆਨਕ ਸੋਚ ਦਾ ਧਾਰਨੀ ਤੇ ਤਰਕਸ਼ੀਲ ਵਿਚਾਰਾਂ ਵਾਲਾ ਲੇਖਕ ਸੱਬੇ ਖੇਡਾਂ ਨੇ ਖੇਡ ਕੇ ਵੇਖ ਲਈਆਂ ਔਪੜ ਪੂੰਜੀ ਵੀ ਖੇਡ ਕੇ ਵੇਖ ਲਈ ਇਹਦੀ ਕਹਾਵਤ ਵਾਂਗ ਉਹਨੇ ਵੀ ਆਪਣੇ ਪਿਤਾ ਵਾਂਗ ਅਨੇਕਾਂ ਹੀ ਕਿੱਤਿਆਂ ਦੀਆਂ ਖੇਡਾਂ ਖੇਡੀਆਂ ਪਰ ਆਪਣੇ ਪਿਤਾ ਵਾਂਗ ਹੀ ਆਪਣੇ ਪੁਰਖਿਆਂ ਦੇ ਸਵਰਨਕਾਰੀ ਦੇ ਕਿੱਤੇ ਤੇ ਕਦੇ ਵੀ ਹੱਥ ਨਾ ਅਜ਼ਮਾਇਆ ਉਹਨੇ ਐਸ਼ ਕਰਨ ਵਾਲੀ ਮਾਸਟਰੀ ਛੱਡ ਕੇ ਲੜਨ ਭੜਨ ਵਾਲੀ ਟਰੱਕ ਡਰਾਈਵਰੀ ਦਾ ਕਲਿੰਡਰ ਗਲਚ ਪਵਾਇਆ ਕਲਕੱਤਾ ਛੱਡਣ ਤੋਂ ਮਗਰੋਂ ਮੋਗੇ ਦੁਬਾਰਾ ਪੈਰ ਜਮਾਉਣ ਲਈ ਛਾਪਾ ਖੰਨਾ ਲਾਇਆ ਤਿੰਨ ਪਹੀਆਂ ਵਾਲੇ ਸਕੂਟਰ ਜਿਸ ਨੂੰ ਪਿੰਡਾਂ ਵਾਲੇ ਭੂੰਡ ਕਹਿੰਦੇ ਆ ਉਹ ਚਲਾਇਆ ਮਿੰਨੀ ਬੱਸਾਂ ਦਾ ਮਾਲਕ ਬਣ ਕੇ ਛੋਟੇ ਟਰਾਂਸਪੋਰਟਰਾਂ ਵਾਲੀਆਂ ਖੱਜਲ ਖਵਾਰੀਆਂ ਚੱਲੀਆਂ ਪਰ ਹੌਸਲਾ ਕਦੇ ਵੀ ਨਾ ਹਾਰਿਆ ਕੰਮ ਉਹ ਚਾਹੇ ਕੋਈ ਵੀ ਕਰੇ ਪਰ ਉਹ ਹਰ ਕੰਮ ਸੋਚ ਵਿਚਾਰ ਕੇ ਤੇ ਦਿਲ ਲਾ ਕੇ ਕਰਦਾ ਪਿਤਾ ਦੀ ਸਖਤੀ ਕਰਕੇ ਉਹ ਤਾਂ ਬਚਪਨ ਵਿੱਚ ਹੀ ਛੰਡਿਆ ਗਿਆ ਸੀ ਸ਼ੁਰੂ ਤੋਂ ਹੀ ਮਿਹਨਤ ਕਰਨੀ ਸਿੱਖ ਗਿਆ ਸੀ ਉਮਲਤਾ ਸੋਜ ਤੇ ਸੰਵੇਦਨਸ਼ੀਲਤਾ ਦੇ ਗੁਣ ਉਹਨੂੰ ਆਪਣੀ ਮਾਂ ਤੋਂ ਪ੍ਰਾਪਤ ਹੋ ਗਏ ਘਾਟ ਘਾਟ ਦਾ ਉਹਨੇ ਪਾਣੀ ਪੀ ਲਿਆ ਉਹਨੂੰ ਆਪਣਾ ਕੰਮ ਕਢਵਾਉਣਾ ਕਢਵਾਉਣਾ ਆਉਂਦਾ ਹੈ ਤੇ ਲੱਗਦੀ ਵਾਹ ਉਹ ਕਦੇ ਘਾਟਾ ਵੀ ਨਹੀਂ ਖਾਂਦਾ ਪੈਸੇ ਟਕੇ ਦਾ ਪੂਰਾ ਹਿਸਾਬੀ ਕਿਤਾਬੀ ਹੈ ਜਦੋਂ ਕਦੇ ਮੋਗੇ ਦੇ ਲੇਖਕ ਟੋਲੇ ਨੇ ਕਿਧਰੇ ਸਹਿਤਿਕ ਸਮਾਗਮ ਤੇ ਜਾਣਾ ਹੋਵੇ ਤਾਂ ਉਹ ਪਹਿਲਾਂ ਹੀ ਕਹਿ ਦਿੰਦਾ ਕਿ ਭਈ ਗੱਡੀ ਦਾ ਮੈਲਾ ਚੱਲਦਾ ਪਰ ਤੇਲ ਤੂਲ ਤਾਂ ਰਲ ਮਿਲ ਕੇ ਹੀ ਚੱਲੂ ਉਹ ਵੱਡਾ ਇਨਚਾਰਜ ਬੱਸ ਕੰਡਕਟਰਾਂ ਵਾਂਗ ਗੱਡੀ 'ਚ ਬਿਠਾਉਣ ਤੋਂ ਪਹਿਲਾਂ ਹੀ ਉਹਨਾਂ ਤੋਂ ਪੈਸੇ ਵਸੂਲ ਲੈਂਦਾ ਹੈ। ਰੇਲ ਗੱਡੀ ਤੋਂ ਬਿਨਾਂ ਉਹਨੇ ਜ਼ਮੀਨ 'ਤੇ ਚੱਲਣ ਵਾਲਾ ਹਰ ਕਿਸਮ ਦਾ ਵਾਹਨ ਚਲਾਇਆ। ਹੋਰ ਤਾਂ ਹੋਰ ਆਪਣੇ ਵਿਆਹ 'ਚ ਆਪਣੇ ਘਰ ਦਾ ਸਪੀਕਰ ਉਹਨੇ ਆਪ ਵਜਾਇਆ। ਉਸ ਵੇਲੇ ਜੇ ਕਿਸੇ ਗੀਤਕਾਰ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਤਾਂ ਉਹਨੇ ਗੀਤ ਜੋੜ ਦੇਣਾ ਸੀ। ਨਹੀਂ ਮੁੰਡਾ ਆਪਣੇ ਵਿਆਹ ਦੇ ਵਿੱਚ ਆਪਣਾ ਹੀ ਸਪੀਕਰ ਵਜਾਉਂਦਾ ਫਿਰੇ। ਉਹਨੇ ਕਿਤਾਬਾਂ ਦੇ ਗੱਡਿਆਂ ਦੇ ਗੱਡੇ ਪੜੇ ਹੋਏ ਐ ਤੇ ਪੜ ਰਿਹਾ ਐ। ਰਾਤ ਨੂੰ ਬਿਜਲੀ ਚਲੀ ਜਾਏ ਉਹ ਮੋਮਬਤੀ ਜਗਾ ਕੇ ਪੜਨ ਲੱਗ ਜਾਂਦਾ ਹੈ ਇਤਿਹਾਸਕ ਨਾਵਲ ਲਿਖਣੇ ਸਮੇਂ ਵੀ ਉਹ ਇਸ ਵਿਸ਼ੇ ਨਾਲ ਸੰਬੰਧਿਤ ਸਮਗਰੀ ਦਾ ਪੂਰਾ ਅਧਿਐਨ ਕਰਕੇ ਨਾਵਲ ਲਿਖਣ ਬੈਠਦਾ ਹੈ ਉਹ ਬਹੁਤ ਹੀ ਮਿਹਨਤੀ ਤੇ ਸਿਰੜੀ ਬੰਦਾ ਹੈ ਬਹੁਤੇ ਲੇਖਕਾਂ ਵਾਂਗ ਇਤਿਹਾਸਕ ਨਾਵਲ ਉਹਨੇ ਆਪਣੇ ਬੈੱਡਰੂਮ ਦੇ ਟੇਬਲ ਉੱਤੇ ਬੈਠ ਕੇ ਨਹੀਂ ਲਿਖੇ ਸਗੋਂ ਜਿਹੜਾ ਵੀ ਉਹਨੇ ਨਾਵਲ ਲਿਖਿਆ ਉਹਦੀ ਪਿੱਠ ਭੂਮੀ 'ਚ ਜਾ ਕੇ ਸਾਰੇ ਹਾਲਾਤ ਨੂੰ ਮੱਦੇ ਨਜ਼ਰ ਰੱਖ ਕੇ ਤੇ ਉਹਨਾਂ ਰਾਹਾਂ ਤੇ ਥਾਵਾਂ ਤੇ ਆਪ ਜਾ ਕੇ ਵੇਖਿਆ ਭਾਲਿਆ ਤੇ ਸਮਝਿਆ ਜਿਸ ਰਸਤੇ ਰਾਹੀਂ ਭਾਈ ਜੀਵਨ ਸਿੰਘ ਸ੍ਰੀ ਗੁਰਤੇਗ ਬਹਾਦਰ ਜੀ ਦਾ ਸੀਸ ਦਿੱਲੀ ਤੋਂ ਲੈ ਕੇ ਆਨੰਦਪੁਰ ਸਾਹਿਬ ਪਰਤਦਾ ਉਹ ਸਾਰੇ ਰਸਤੇ ਤੇ ਬਲਦੇਵ ਸਿੰਘ ਵੀ ਆਪ ਚੱਲੇ ਧਾਵਾਂ ਦਿੱਲੀ ਦੇ ਕਿੰਗਰੇ ਤੇ ਸਤਲੁਜ ਵਹਿੰਦਾ ਰਿਹਾ ਨਾਵਲ ਲਿਖਣ ਸਮੇ ਉਹਨੇ ਇਸ ਮਕਸਦ ਨਾਲ ਹੀ ਪਾਕਿਸਤਾਨ ਦੀ ਯਾਤਰਾ ਕੀਤੀ ਤੇ ਭਗਤ ਸਿੰਘ ਤੇ ਦੁੱਲੇ ਪੱਟੀ ਨਾਲ ਸੰਬੰਧਤ ਸਾਰੀਆਂ ਥਾਵਾਂ ਵੇਖਣ ਦੀ ਕੋਸ਼ਿਸ਼ ਕੀਤੀ ਤਾਂ ਕਿ ਇਹਨਾਂ ਇਤਿਹਾਸਕ ਨਾਭਾਂ ਜਾਂ ਥਾਰਤ ਦੀ ਵੀ ਕੁਝ ਰੰਗਤ ਭਰੀ ਜਾ ਸਕੇ ਉਹਨੇ ਦੁੱਲੇ ਦੇ ਪਿੰਡ ਪਿੰਡੀ ਪੱਟੀਆਂ ਹੁੰਦਾ ਵੀ ਇੱਕ ਢੇੜਾ ਲਾਇਆ ਜਿੱਥੇ ਪਿੰਡ ਵਾਸੀਆਂ ਵੱਲੋਂ ਉਹਦਾ ਜ਼ਬਰਦਸਤ ਸਵਾਗਤ ਕੀਤਾ ਉਸ ਨਾਲ ਪਾਕਿਸਤਾਨ ਗਏ ਲੇਖਕ ਅਲੋਚਕ ਤਾਂ ਪਿੰਡੀ ਜਾਣ ਤੋਂ ਉਂਝੀ ਡਰ ਗਏ ਸੀ ਸਮਾਦੀ ਲਾ ਕੇ ਬੈਠਣ ਵਾਲਿਆਂ ਵਾਂਗ ਉਹ ਇਤਿਹਾਸਕ ਨਾਵਲ ਲਿਖਣ ਸਮੇਂ ਇੱਕ ਕਿਸਮ ਦੀ ਸਮਾਦੀ ਲਾ ਕੇ ਉਹਨਾਂ ਸਮਿਆਂ 'ਚ ਪਹੁੰਚ ਜਾਂਦਾ ਹੁਣੇ ਉਸ ਨਿੰਮ ਦੀ ਓਟ ਵਿੱਚ ਵੀ ਖੜੋ ਕੇ ਵੇਖਿਆ ਜਿਸ ਨਿੰਮ ਦੀ ਓਟ ਲੈ ਕੇ ਭਗਤ ਸਿੰਘ ਨੇ ਸਾਂਡਰਸ ਨੂੰ ਗੋਲੀ ਮਾਰੀ ਸੀ ਉਹ ਸ਼ਾਦਮਾਨ ਚੌਕ ਟਖੜੋਤਾ ਵੀ ਆਪਣੀ ਕਲਪਨਾ 'ਚ ਉਸ ਸਮੇਂ 'ਚ ਜਾ ਪਹੁੰਚਿਆ ਜਦੋਂ ਭਗਤ ਸਿੰਘ ਨੂੰ ਫਾਂਸੀ ਦਿੱਤੀ ਜਾ ਰਹੀ ਸੀ। ਉਹ ਸ਼ਾਦਮਾਨ ਚੌਕ ਲਾਹੌਰ ਜੇਲ੍ਹ ਦੇ ਉਸ ਹਿੱਸੇ ਨੂੰ ਢਾਕੇ ਬਣਾਇਆ ਗਿਆ ਜਿੱਥੇ ਭਗਤ ਸਿੰਘ ਤੇ ਉਹਦੇ ਸਾਥੀਆਂ ਨੂੰ ਫਾਂਸੀ ਦਿੱਤੀ ਗਈ ਸੀ। ਹੁਣ ਭਾਰਤ ਤੇ ਪਾਕਿਸਤਾਨ ਦੇ ਜਾਗਰੂਕ ਲੋਕ ਮੰਗ ਕਰ ਰਹੇ ਹੈ ਇਸ ਚੌਕ ਦਾ ਨਾਮ ਸ਼ਹੀਦ ਭਗਤ ਸਿੰਘ ਚੌਕ ਹੀ ਹੋਣਾ ਚਾਹੀਦਾ। ਬਲਦੇਵ ਸਿੰਘ ਇੱਕ ਲੇਖਕ ਹੀ ਨਹੀਂ ਬਲਕਿ ਇੱਕ ਵਧੀਆ ਐਕਟਰ ਵੀ ਹੈ। ਮਾਸਟਰੀ ਛੱਡ ਕੇ ਜੇ ਉਹ ਟਰੱਕ ਚਲਾਉਣ ਕਲਕੱਤੇ ਨੂੰ ਨਾ ਭਜਦਾ ਤਾਂ ਤਰਮਿੰਦਰ ਵਾਂਗ ਫਿਲਮੀ ਦੁਨੀਆ ਦੀ ਨਗਰੀ ਬੰਬਈ ਜਾ ਕੇ ਫਿਲਮਾਂ 'ਚ ਕਿਸਮਤ ਅਜ਼ਮਾ ਲੈਂਦਾ ਤਾਂ ਸ਼ਰਤੀਆ ਹੀ ਉੱਧਰੋਂ ਹੁਣ ਨੂੰ ਇੱਕ ਸਫਲ ਹੀਰੋ ਜਾਂ ਫਿਲਮ ਨਿਰਮਾਤਾ ਜਾਂ ਸਫਲ ਡਾਇਲੌਗ ਲੇਖਕ ਜ਼ਰੂਰ ਬਣ ਗਿਆ ਹੁੰਦਾ। ਉਹਨੇ ਆਪ ਹੀ ਨਾਟਕ ਲਿਖੇ, ਆਪ ਹੀ ਖੇਡੇ, ਕਈ ਪ੍ਰਸਿੱਧ ਨਾਵਲਾਂ ਦਾ ਨਾਟਕੀ ਰੂਪਾਂਤਰਣ ਵੀ ਕੀਤਾ। ਸਵਰਗੀ ਪ੍ਰੋਫੈਸਰ ਰਜਮੀਰ ਸਿੰਘ ਔਲਖ ਵਾਂਗ ਉਹਨੇ ਵੀ ਘਰ ਦੀ ਨਾਟਕ ਮੰਡਲੀ ਬਣਾ ਰੱਖੀ ਸੀ। ਇੱਕ ਨਾਟਕ ਚ ਬਾਨੀਏ ਦਾ ਇੰਨਾ ਜ਼ਬਰਦਸਤ ਰੋਲ ਕਰਦਾ ਹੈ ਕਿ ਇੱਕ ਵਾਰ ਜਦੋਂ ਡੇਲਿਆਂ ਵਾਲੀ ਪਿੰਡ ਚ ਆਪਣਾ ਇਹ ਨਾਟਕ ਖੇਡ ਰਿਆ ਸੀ ਤਾਂ ਸਾਡੇ ਪਿੰਡ ਪਿੱਛੇ ਬੈਠੀ ਪਿੰਡ ਦੀ ਇੱਕ ਮਾਈਨਰੀਟੀ ਟਿੱਪਣੀ ਕੀਤੀ ਨੀ ਫੋਟ ਇਹ ਤਾਂ ਜਮੇ ਆਪਣੇ ਪਿੰਡ ਵਾਲਾ ਕੀ ਕੀ ਕਰਾੜੀ ਲੱਗਦਾ ਇਹਨਾਂ ਨਾਟਕਾਂ ਚ ਉਹਦੇ ਬੇਟਿਆਂ ਤੋਂ ਇਲਾਵਾ ਉਹਦਾ ਛੋਟਾ ਭਰਾ ਗੁਰਮੇਲ ਸਿੰਘ ਵੀ ਰੋਲ ਕਰਦਾ ਹੁੰਦਾ ਸੀ ਬੱਚਿਆਂ ਦੇ ਵੱਡੇ ਹੋਣ ਤੇ ਤੇ ਆਪੋ ਆਪਣੇ ਕਿੱਤਿਆਂ ਤੇ ਹੋਣ ਕਾਰਨ ਉਹਨਾਂ ਨੂੰ ਨਾਟਕ ਮੰਡਲੀ ਦਾ ਤਾਂ ਭੋਗ ਪਾਉਣਾ ਪਿਆ ਪਰ ਉਹ ਦੋਵੇਂ ਭਰਾ ਆਰਮ ਲਛਮਣ ਦੀ ਜੋੜੀ ਵਾਂਗ ਅੱਜ ਵੀ ਜਿੱਥੇ ਜਾਂਦੇ ਇਕੱਠੇ ਹੀ ਜਾਂਦੇ ਆਂ ਅੱਜ ਦੇ ਸਮੇਂ 'ਚ ਪੰਜਾਬੀ ਦਾ ਸਭ ਤੋਂ ਵੱਧ ਪੜਿਆ ਜਾਣ ਵਾਲਾ ਲੇਖਕ ਹੈ ਤੇ ਉਹਨੂੰ ਪੰਜਾਬ ਦੇ ਵੱਖ-ਵੱਖ ਥੇਸਿਆਂ ਦੇ ਪਿੰਡਾਂ ਸਕੂਲਾਂ ਕਾਲਜਾਂ ਵਿਦੇਕਾਦਾਰਿਆਂ ਤੇ ਯੂਨੀਵਰਸਿਟੀਆਂ ਆਦ ਵਿੱਚ ਲੈਕਚਰ ਦੇਣ ਦੀ ਸੱਦਿਆ ਜਾ ਰਿਹਾ ਹੈ ਉਹ ਹਰ ਥਾਂ ਜਾਂਦਾ ਹੈ ਸਮੇਂ ਸਿਰ ਜਾਂਦਾ ਹੈ ਉਹ ਸਮੇਂ ਦਾ ਬਹੁਤ ਪਾਬੰਦ ਹੈ ਪਰ ਬੋਲਣ ਸਮੇਂ ਉਹ ਬੇਬਾਕ ਹੋ ਜਾਂਦਾ ਹੈ ਤੇ ਬਿਨਾਂ ਕਿਸੇ ਝਿਜਕ ਜਾਂ ਲੋਕਲ ਪੇਟ ਦੇ ਸਪਸ਼ਟ ਗੱਲ ਕਹਿ ਦਿੰਦਾ ਹੈ ਇੱਕ ਪਿੰਡ ਦੇ ਸਕੂਲ ਚ ਪਿੰਡ ਦੀ ਪੰਚਾਇਤ ਦੀ ਹਾਜ਼ਰੀ ਚ ਉਹਦਾ ਰੂਬਰੂ ਕਰਵਾਇਆ ਜਾ ਰਿਹਾ ਸੀ ਖਸਤਾ ਹਾਲਤ ਸਕੂਲ ਦੀ ਇਮਾਰਤ ਦੇ ਨਾਲ ਹੀ ਪਿੰਡ ਦੇ ਗੁਰਦੁਆਰੇ ਦੀ ਸੰਗ ਮਰਮਰੀ ਚਮਕਦੀ ਇਮਾਰਤ ਸਕੂਲ ਦਾ ਮੂੰਹ ਚੜਾ ਰਹੀ ਸੀ ਤਾਂ ਉਹਨੇ ਗੁਰਦੁਆਰੇ ਵੱਲ ਇਸ਼ਾਰਾ ਕਰਕੇ ਪੰਚਾਇਤ ਨੂੰ ਸੰਬੋਧਨ ਹੁੰਦੇ ਕਹਿਤਾ ਉਧਰ ਤਾਂ ਸੰਗ ਮਰਮਰ ਜੜ ਤੇ ਤੇ ਇਧਰ ਕੋਈ ਕੱਦ ਪੱਥਰ ਲਾ ਦਿਓ ਸਕੂਲ ਵੀ ਤਾਂ ਵਿੱਦਿਆ ਦਾ ਮੰਦਰ ਹੁੰਦਾ ਅੱਜ ਬਲਦੇਵ ਸਿੰਘ ਦੀ ਬਹੁਤ ਚੜ ਹੁਣ ਉਹ ਵਿਅਕਤੀ ਵਿਸ਼ੇਸ਼ ਬਣ ਚੁੱਕਾ ਹੈ ਉਹ ਜਿੱਧਰੋਂ ਵੀ ਲੰਘਦਾ ਲੋਕ ਉਹਨੂੰ ਪਛਾਣ ਲੈਂਦੇ ਉਸ ਬਾਰੇ ਗੱਲਾਂ ਕਰਦੇ ਆ ਪਹਿਲਾਂ ਜਦੋਂ ਕਦੇ ਉਹ ਬੱਸ 'ਚ ਸਫ਼ਰ ਕਰਦਾ ਸੀ ਟਿਕਟ ਕਟਾਉਣ ਤੋਂ ਬਚਣ ਲਈ ਉਹ ਆਪਣੇ ਆਪ ਨੂੰ ਸਟਾਫ ਮੈਂਬਰ ਦੱਸਦਾ ਸੀ ਪਰ ਅੱਜ ਕੱਲ੍ਹ ਤਾਂ ਕੰਡੈਕਟਰ ਉਹਨੂੰ ਪਛਾਣ ਕੇ ਆਪ ਹੀ ਉਹਦੀ ਟਿਕਟ ਨਹੀਂ ਕੱਟਦੇ ਵੈਸੇ ਉਹ ਹੁਣ ਬੱਸਾਂ 'ਦੇ ਸਫ਼ਰ ਘੱਟ ਹੀ ਕਰਦਾ ਤੇ ਆਪਣੀ ਕਾਰ ਤੇ ਜਾਂਦਾ ਹੁੰਦਾ ਜਦੋਂ ਉਸ ਕੋਲ ਮਿੰਨੀ ਬੱਸਾਂ ਸੀ ਤਾਂ ਇੱਕ ਦਿਨ ਉਹ ਮੋਗੇ ਤੋਂ ਬੱਸ ਅੱਡੇ 'ਚ ਆਪਣੀ ਬੱਸ ਲਈ ਸਵਾਰੀਆਂ ਨੂੰ ਆਵਾਜ਼ਾਂ ਮਾਰ ਰਿਹਾ ਸੀ ਤਾਂ ਇੱਕ ਪਿੰਡੂ ਜਿਹਾ ਬੰਦਾ ਉਹਨੂੰ ਆ ਕੇ ਕਹਿੰਦਾ ਬਾਈ ਤੂੰ ਕੰਮ ਕੀ ਕਰਦਾ ਬਾਈ ਤੂੰ ਦੇਖ ਹੀ ਰਿਹਾ ਹੈ ਮੈਂ ਤਾਂ ਸਵਾਰੀਆਂ ਨੂੰ ਹਾਕਾ ਮਾਰਨ ਵਾਲਾ ਮੈਂ ਅਖਬਾਰ 'ਚ ਛਪਣ ਵਾਲਾ ਨਵਲ ਅੰਦਾਤਾ ਪੜਦਾ ਹੁੰਦਾ ਉਹਦਾ ਲੇਖਕ ਬਲਦੇਵ ਸਿੰਘ ਦੀ ਫੋਟੋ ਜਮਾਂ ਹੀ ਤੇਰੇ ਨਾਲ ਮਿਲਦੀ ਹੈ ਉਸ ਬੰਦੇ ਨੇ ਕਿਹਾ ਤੇ ਕੁਦਰਤ ਦੇ ਕ੍ਰਿਸ਼ਮੇ ਤੇ ਹੈਰਾਨ ਹੁੰਦਾ ਅੱਗੇ ਤੁਰ ਗਿਆ ਬਲਦੇਵ ਸਿੰਘ ਫੇਰ ਰਣੀਆਂ ਘੋਲੀਆਂ ਰਣੀਆਂ ਘੋਲੀਆਂ ਦੀਆਂ ਆਵਾਜ਼ਾਂ ਦੇਣ ਲੱਗ ਪਏ ਆਪਣੇ ਸੰਘਰਸ਼ਮਈ ਜੀਵਨ ਦੀ ਪੌਣੀ ਸਦੀ ਹੰਡਾ ਚੁੱਕੇ ਬਲਦੇਵ ਸਿੰਘ ਹੁਣ ਵੀ ਪੂਰੀ ਤਰ੍ਹਾਂ ਨਾਲ ਫਿੱਟ ਫਾਰ ਹੈ ਕਾਲੀ ਚਿੱਟੀ ਤੇ ਕਦੇ ਚਿੱਟੀ ਪੂਰੀ ਡਬ ਖੜਬੀ ਦਾੜੀ ਰੰਗੇ ਤੋਤਾ ਉਹਦੀ ਉਮਰ ਪੌਣੀ ਤੋਂ ਘਟ ਕੇ ਅੱਧੀ ਸਦੀ ਲੱਗਣ ਲੱਗ ਪੈਂਦੀ ਹੈ ਪਰ ਉਹ ਪੱਕੇ ਤੌਰ ਤੇ ਦਾੜੀ ਨਹੀਂ ਰੰਗਦਾ ਕਦੇ ਕਦੇ ਮੂਡ ਚ ਆਇਆ ਦਾੜੀ ਰੰਗਣੀ ਛੱਡ ਵੀ ਦਿੰਦਾ ਹੈ ਸਮਾਂ ਪਾ ਕੇ ਫਿਰ ਕੁੱਚੀ ਚੁੱਕ ਲੈਂਦਾ ਹੈ ਉਹ ਕਦੇ ਮਨਮੋਹਣ ਬਾਵਾ ਵਾਂਗ ਸਿਰਫ ਠੋਡੀ ਤੇ ਮੁੱਛਾਂ ਦੇ ਵਾਲ ਕਾਲੇ ਕਰਦਾ ਹੈ ਕਦੇ ਗੱਲਾਂ ਤੋ ਤਾਂ ਤਾ ਤੇ ਮੁੱਛਾਂ ਕਾਲੀਆਂ ਕਰ ਲੈਂਦਾ ਹੈ ਕਦੇ-ਕਦੇ ਉਹ ਗੇਰਿਵਿਵਸਤਰ ਪਾ ਕੇ ਸਾਦਾ ਰੂਪ ਧਾਰਨ ਕਰ ਹੀ ਰੱਖਦਾ ਫਿਲਮੀ ਤੇ ਨਾਟਕੀ ਕਲਾਕਾਰਾਂ ਵਾਂਗੂ ਪੂਰਾ ਬਹਰੂਪੀ ਹੈ ਰੂਪ ਵੀ ਬਦਲਦਾ ਪਰ ਦਿਲ ਨਹੀਂ ਮਿਲਣ-ਗਿਲਣ ਵਾਲਿਆਂ ਲਈ ਉਹਦੇ ਘਰ ਦੇ ਦਰਵਾਜ਼ੇ ਹਮੇਸ਼ਾ ਹੀ ਖੁੱਲੇ ਰਹਿੰਦੇ ਐ ਬਹੁਤੀ ਵਾਰੀ ਤੋ ਆਪ ਬਾਹਰ ਆ ਕੇ ਮਹਿਮਾਨਾਂ ਨੂੰ ਲੈ ਕੇ ਜਾਂਦਾ ਏਕ ਵਾਰ ਜਦੋਂ ਘਰ ਆਇਆ ਤਾਂ ਪਤਨੀ ਨੇ ਦੱਸਿਆ ਕੋਈ ਲੇਖਕ ਤੁਹਾਨੂੰ ਮਿਲਣ ਆਇਆ ਸੀ ਤਾਂ ਪਤਨੀ ਨੂੰ ਗੁੱਸੇ ਹੋ ਕੇ ਕਹਿਣ ਲੱਗਾ ਕਿ ਤੂੰ ਉਹਨੂੰ ਬਿਠਾ ਲੈਣਾ ਸੀ ਜਾਣ ਕੇ ਉਹ ਦਿੱਤਾ ਅਗਲੀ ਵਾਰ ਕੋਈ ਲੇਖਕ ਮਿਲਣ ਆਇਆ ਤਾਂ ਪਤਨੀ ਨੇ ਉਹਨੂੰ ਜਾਣ ਨਾ ਦਿੱਤਾ ਡਰਾਇੰਗ ਰੂਮ ਚ ਬਿਠਾ ਲਿਆ ਜਦੋਂ ਘਰ ਆਇਆ ਤਾਂ ਲੇਖਕ ਸ੍ਰੀਮਾਨ ਜੀ ਮੇਜ਼ ਤੇ ਲਤਨਸਾਲੀ ਪੈਸੇ ਸਿਕਟਾਂ ਦੇ ਕੱਸ਼ ਲਾ ਰਹੇ ਸੀ ਉਹਨੂੰ ਵੇਖ ਕੇ ਤੁਰੰਤ ਖੜੇ ਹੋ ਕੇ ਬੋਲੇ ਯਾਰ ਜਲੰਧਰ ਜਾ ਰਿਹਾ ਸੀ ਮੇਰੇ ਕੋਲ ਤਾਂ ਕਿਰਾਇਆ ਹੀ ਘਟ ਗਿਆ ਤੂੰ 100 ਰੁਪਏ ਦੇ ਦੇ ਮੈਨੂੰ ਉਹਨੂੰ ਤੋੜ ਕੇ ਬਲਦੇਵ ਸਿੰਘ ਪਤਨੀ ਦੇ ਦੁਆਲੇ ਹੋ ਗਿਆ ਵੀ ਇਹਨੂੰ ਤੂੰ ਬਿਠਾਇਆ ਹੀ ਕਿਉਂ ਪਤਨੀ ਹੈਰਾਨ ਪਰੇਸ਼ਾਨ ਖੜੀ ਸੀ ਕਿ ਨਾ ਲੇਖਕਾਂ ਦਾ ਵੀ ਭੇਤ ਨਹੀਂ ਕਿਨੂੰ ਬਿਠਾਵੇ ਕਿਨੂੰ ਨਾ ਬਿਠਾਵੇ ਉਹ ਬਹੁ ਵਿਦਾਈ ਲੇਖਕ ਹੈ ਉਹਨੇ ਸਾਹਿਤ ਦੀਆਂ ਅਨੇਕਾਂ ਹੀ ਸਿੰਫਾ ਉੱਪਰ ਸਫਲਤਾ ਨਾਲ ਹੱਥ ਅਜ਼ਮਾਇਆ। ਉਹਨੇ ਬਾਲ ਸਾਹਿਤ ਵੀ ਲਿਖਿਆ। ਇੱਕ ਰੋਜ਼ਾਨਾ ਅਖਬਾਰ 'ਚ ਛਪਦਾ ਉਹਦਾ ਬਾਲ ਨਾਵਲ ਮੋਠੂ ਦੇ ਘੁੰਗਰੂ ਵੀ ਬਾਲ ਪਾਠਕਾਂ ਵੱਲੋਂ ਬਹੁਤ ਪਸੰਦ ਕੀਤਾ ਸੀ। ਕਈ ਸਕੂਲਾਂ 'ਚ ਸਵੇਰ ਦੀ ਸਭਾ 'ਚ ਉਹਦਾ ਇੱਕ ਇੱਕ ਕਾંડ ਪੜ੍ਹ ਕੇ ਸੁਣਾਇਆ ਜਾਂਦਾ ਸੀ। ਨਾਵਲ, ਕਹਾਣੀਆਂ, ਨਾਟਕਾਂ ਤੋਂ ਇਲਾਵਾ ਉਹਨੇ ਕਈ ਪ੍ਰਮੁੱਖ ਸ਼ਖਸੀਅਤਾਂ ਨਾਲ ਲੰਮੀਆਂ ਮੁਲਾਕਾਤਾਂ ਵੀ ਕੀਤੀਆਂ ਜੋ ਇੱਕ ਰੋਜ਼ਾਨਾ ਅਖਬਾਰ 'ਚ ਲਗਾਤਾਰ ਛਪਦੀਆਂ ਰਹੀਆਂ। ਜਦੋਂ ਉਹਨੇ ਸ਼ਰੋਮਣੀ ਕਵੀਸ਼ਰ ਬਾਪੂ ਕਰਨੈਲ ਸਿੰਘ ਪਾਰਸ ਨਾਲ ਮੁਲਾਕਾਤ ਕਰਨੀ ਸੀ ਤਾਂ ਪਾਰਸ ਉਹਦਾ ਮੇਲ ਨਹੀਂ ਸੀ ਹੋ ਰਿਹਾ ਇੱਕ ਦਿਨ ਉਹਨੂੰ ਪਤਾ ਲੱਗਿਆ ਵੀ ਪਾਰਸ ਤਾਂ ਮੋਗੇ ਦੇ ਬਾਜ਼ਾਰ 'ਚ ਇੱਕ ਦੁਕਾਨ ਤੇ ਬੈਠਾ ਬਲਦੇਵ ਸਿੰਘ ਨੇ ਉਹਨੂੰ ਆਪਣਾ ਮਕਸਦ ਦੱਸਿਆ ਤਾਂ ਪਾਰਸ ਟਾਲਮਟੋਲ ਕਰਨ ਲੱਗ ਪਿਆ ਫਿਰ ਉਹ ਕਹਿਣ ਲੱਗਾ ਜੇ ਮੈਨੂੰ ਸੜਕਨਾਮਾ ਮਿਲਾ ਦੇਵੇਂ ਤਾਂ ਮੈਂ ਇੰਟਰਵਿਊ ਦੇ ਸਕਦਾ ਉਹਨੇ ਦੱਸਿਆ ਕਿ ਮੈਂ ਹੀ ਸੜਕਨਾਮਾ ਤਾਂ ਪਾਰਸ ਉਹਦੇ ਪੈਰਾਂ 'ਵਾਲ ਲਾ ਲਿਆ ਪਰ ਉਸ ਸਮੇਂ ਬਲਦੇਵ ਸਿੰਘ ਫੁਰਤੀ ਨਾਲ ਪਛਾਣ ਹਟ ਗਿਆ ਚੱਕ ਕੇ 파ਰਸ ਨੂੰ ਮੋੜੇ ਉਂ ਫੜ ਕੇ ਸਿੱਧਾ ਖੜਾ ਕਰਕੇ ਆਪ ਉਹਦੇ ਗੁੱਡੀ ਹੱਥ ਲਾ ਦਿੱਤੇ ਬਾਪੂ 파ਰਸ ਨੇ ਵੀ ਉਹਨੂੰ ਜਫੀਚ ਕੁੜਦਿਆਂ ਗਿਆ ਬਲਦੇਵ ਤੋਂ ਪਿੰਡ ਆਈ ਮੈਂ ਤੈਨੂੰ ਉਹ ਗੱਲਾਂ ਦੱਸੂ ਜੋ ਪਹਿਲਾਂ ਕਿਸੇ ਨੇ ਕਿਸੇ ਨੂੰ ਵੀ ਨਹੀਂ ਦਸੀਆਂ ਅਸਲ ਚ 파ਰਸ 나ਗਮਣੀ ਦਾ ਪੱਕਾ ਪਾਠਕ ਸੀ ਤੇ ਸੜਕਨਾਮਾ ਕਾਲਮ ਨੂੰ ਉਹ ਬਹੁਤ ਹੀ ਪਸੰਦ ਕਰਦਾ ਸੀ ਬਲਦੇਵ ਸਿੰਘ ਵੱਲੋਂ ਉਸ ਨਾਲ ਕੀਤੀ ਮੁਲਾਕਾਤ ਬੜੀ ਕਾਮਯਾਬ ਰਹੀ ਤੇ ਸਾਇਤਿਕ ਹਲਕਿਆਂ ਵਿੱਚ ਬਹੁਤ ਸਲਾਈ ਜਿਵੇਂ ਇੱਕ ਕੌਮੀ ਪਾਰਟੀ ਦੇ ਪ੍ਰਧਾਨ ਨੇ 1 ਲੱਖ ਰੁਪਏ ਦੀ ਗੁੱਟੀ ਰਿਸ਼ਵਤ ਵਜੋਂ ਲੈ ਕੇ ਆਪਣੇ ਮੱਥੇ ਨੂੰ ਛੁਆ ਕੇ ਕਿਹਾ ਸੀ ਖੁਦਾ ਕਸਮ ਪੈਸਾ ਖੁਦਾਤਾ ਨਹੀਂ ਪਰ ਖੁਦਾ ਤੋਂ ਘੱਟ ਵੀ ਨਹੀਂ ਉਸੇ ਤਰ੍ਹਾਂ ਬਲਦੇਵ ਸਿੰਘ ਵੀ ਪੈਸੇ ਨੂੰ ਬਹੁਤ ਹੀ ਅਹਿਮੀਅਤ ਦਿੰਦਾ ਹੈ ਕਈ ਸਾਥੀ ਸਹਿਦ ਕਰਤਾ ਉਹਨੂੰ ਪੈਸੇ ਦਾ ਪੀਰ ਵੀ ਕਹਿ ਦਿੰਦੇ ਆ ਵੱਡਾ ਲੇਖਕ ਹੋ ਕੇ ਵੀ ਉਹ ਖੁਸ਼ੀ-ਖੁਸ਼ੀ ਛੋਟੇ ਇਨਾਮ ਵੀ ਲੈ ਲੈਂਦਾ ਉਹ ਜੇ ਤਾਂ ਪੱਕਾ ਨਾਸਤਿਕ ਤੇ ਤਰਕਸ਼ੀਲ ਵਿਚਾਰਾਂ ਦਾ ਧਾਰਨੀ ਹੈ ਪਰ ਜੇ ਕੋਈ ਧਾਰਮਿਕ ਸੰਸਥਾ ਉਹਨੂੰ ਕੋਈ ਇਨਾਮ ਦਿੰਦੀ ਹੈ ਤਾਂ ਉਹ ਵੀ ਇਨਕਾਰ ਨਹੀਂ ਕਰਦਾ ਇੱਕ ਵਾਰ ਸੈਤ ਸਬਾ ਨਿਹਾਲ ਸਿੰਘ ਵਾਲਾ ਵੱਲੋਂ ਉਹਦਾ ਰੂਬਰੂ ਤੇ ਸਨਮਾਨ ਕੀਤਾ ਗਿਆ ਸਮਾਗਮ ਦੇ ਅੰਤ ਤੇ ਸਭਾ ਦੇ ਪ੍ਰਧਾਨ ਦੇਵ rauke ਨੇ ਜਦੋਂ ਉਹਨੂੰ ਯਾਦਗਾਰੀ ਚਿੰਨ ਭੇਟ ਕੀਤਾ ਹੱਸ ਕੇ ਬੋਲੇ ਯਾਰ ਕੀ ਲੱਕੜ ਜੀ ਦੇਈ ਜਾਣਾ ਹੋਰ ਕੁਝ ਵੀ ਦੇ ਦੇ ਤੇ ਅੱਗੋਂ ਦੇਵ rauke ਨੇ ਉਹਨੂੰ ਮੋੜ ਦਿੰ ਮੋੜ ਦਿੰਦੇ ਹੋਏ ਕਿਹਾ ਬਾਈ ਜੀ ਮੈਂ ਤਾਂ ਤਖਾਣਾ ਲੱਕੜ ਹੀ ਦੇ ਸਕਦਾ ਹੋਰ ਤੈਨੂੰ ਸਿਉਣਾ ਕਿੱਥੋਂ ਦੇ ਦਿਆਂ ਬਲਦੇਵ ਸਿੰਘ ਨਮਾਣਾ ਜਿਹਾ ਬੰਦਾ ਹੈ ਤੇ ਕਦੇ ਕਿਸੇ ਕਿਸਮ ਦੀ ਹੋਮੇ ਦਾ ਸ਼ਿਕਾਰ ਨਹੀਂ ਹੋਇਆ ਉੰਜ ਵੀ ਇਹ ਬਹੁਤ ਹੀ ਮੂਹ ਕੋਲ ਤੇ ਸ਼ਾਂਤ ਸੁਭਾ ਦਾ ਮਨੋ ਉਹਨੂੰ ਗੁੱਸਾ ਵੀ ਨਹੀਂ ਆਉਂਦਾ ਭਾਵੇਂ ਕੋਈ ਉਸ ਨਾਲ ਵਧੀਕੀ ਕਰ ਰਿਹਾ ਹੋਵੇ ਉਹ ਹਮੇਸ਼ਾ ਹੀ ਹਉ ਪਰੇ ਕਰ ਛੱਡਦਾ ਹੈ ਪਿੰਡ ਦੇ ਸਕੂਲ ਪੜਨ ਸਮੇਂ ਉਹ ਆਪਣੀ ਕਲਾਸ ਵਿੱਚ ਸਰੀਰਕ ਪੱਖ ਤੋਂ ਸਭ ਤੋਂ ਮਾੜਾ ਹੁੰਦਾ ਸੀ ਤੇ ਪੜਨ ਵਿੱਚ ਵੀ ਉਹ ਸਾਰਿਆਂ ਤੋਂ ਫਾਡੀ ਸੀ ਘਰ 'ਚ ਪਿਤਾ ਦੀ ਚੰਡਾ ਚੰਡਾਈ ਤੇ ਸਕੂਲ 'ਚ ਮਾਸਟਰਾਂ ਦੀ ਕੁੱਟਕੁਟਾਈ ਨੇ ਉਹਨੂੰ ਸ਼ੁਰੂ ਤੋਂ ਹੀ ਦੱਬੂ ਮਾਨਸਿਕਤਾ ਵਾਲਾ ਬਣਾ ਦਿੱਤਾ ਸੀ ਇੱਕ ਵੇਰਾਂ दारू ਦੇ ਡੱਕੇ ਦੋ ਮਝੈਲ ਕ ਵੀ ਅੱਧੀ ਰਾਤ ਨੂੰ ਉਹਦੇ ਘਰ ਆ ਆ ਧਮਕੇ ਉਹਨਾਂ ਨੂੰ दारू ਦੀ ਬੋਤਲ ਵੀ ਪਿਆਈ ਗਈ ਰੋਟੀਆਂ ਵੀ ਖੁਆਈਆਂ ਗਈਆਂ ਪਰ ਉਹ ਭਾਉ ਖੁਸ਼ ਨਾ ਹੋਏ। ਦਾਲ ਦੀਆਂ ਕੋਲੀਆਂ ਮੂੰਹ ਨੂੰ ਲਾਲਾ ਪੀਂਦੇ ਰਹੇ ਤੇ ਨਾਲੋਂ ਨਾਲ ਉਹਨੂੰ ਟਕੋਰਾ ਲਾਉਂਦੇ ਰਹੇ। ਵੀ ਆ ਵੇਖ ਸੁਨਿਆਰਿਆ ਤੇਰੇ ਮੀਟ ਦੀ ਤਰੀਚ ਤਾਂ ਸੰਖਿਆ ਹੀ ਹੈ ਨਹੀਂ ਪਰ ਉਹ ਸਾਊ ਬੰਦਾ ਚਪਚਾਪ ਉਹਨਾਂ ਦੀ ਨਸ਼ਤਰਾਂ ਸੰਦਾ ਰਿਹਾ। ਜੇ ਇਹ ਨਾ ਖਰੂਦ ਉਹਨਾਂ ਕਿਸੇ ਹੋਰ ਲੇਖਕ ਦੇ ਘਰ ਪਾਇਆ ਹੁੰਦਾ ਡਾਂਗਾ ਮਾਰ-ਮਾਰ ਘਰੋਂ ਕੱਢੇ ਹੁੰਦੇ। ਬਲਦੇਵ ਸਿੰਘ ਦੇਖਣ 'ਚ ਬਹੁਤ ਚੁਸਤ ਚਲਾਕ ਬੰਦਾ ਜਾਪਦਾ ਹੈ। ਉਹ ਹੈਵੀ ਪਰ ਕਈ ਵਾਰ ਸੱਤ ਪਤਨਾਂ ਦਾ ਤਾਰੂ ਵੀ ਮਾਰ ਖਾਈ ਜਾਂਦਾ ਹੈ। ਉਹਦਾ ਇੱਕ ਰਿਸ਼ਤੇਦਾਰ ਉਹਦੀ ਉਂਗਲ ਫੜ ਕੇ ਲੇਖਕ ਬਣਨ ਦੇ ਰਾਹ ਤੇ ਪੈ ਚੱਲਿਆ ਸੀ। ਪਰ ਫਿਰ ਉੱਪਰ ਦਾ ਸਾਹਿਤਕਾਰ ਛੇਤੀ ਉਹਨੂੰ ਲੱਖਾਂ ਦਾ ਚੂਨਾ ਲਾ ਕੇ ਸ਼ੂਮੰਤਰ ਹੋ ਗਿਆ। ਸੰਗ ਵਿੱਚ ਮੱਛੀ ਦਾ ਕੰਡਾ ਫਸਣ ਦੇ ਦਰਦ ਵਾਂਗ ਉਹਨੂੰ ਵੀ ਇਸ ਕੰਡੇ ਦਾ ਦਰਦ ਕਦੇ ਵੀ ਨਹੀਂ ਭੁੱਲਦਾ। ਆਲੂ ਦੇ ਹਰ ਸਬਜ਼ੀ 'ਚ ਮਿਕਸ ਹੋ ਜਾਣ ਵਾਂਗ ਬਲਦੇਵ ਸਿੰਘ ਵੀ ਹਰ ਤਰ੍ਹਾਂ ਦੀ ਸੋਸਾਇਟੀ 'ਚ ਫਿੱਟ ਹੋ ਜਾਂਦਾ ਹੈ। ਹਰ ਮਹਿਫਿਲ 'ਚ ਉਹਦੀ ਸੰਗਤ ਰੰਗਤ ਲੈ ਆਉਂਦੀ ਹੈ। ਵੁੱద్ధి ਜੀਵੀਆਂ ਦੀ ਸੰਗਤ 'ਚ ਬੈਠਾ ਉਹ ਵਿਦਵਾਨਾਂ ਵਾਲੀਆਂ ਗੱਲਾਂ ਕਰ ਸਕਦਾ ਹੈ ਡਰਾਈਵਰਾਂ 'ਚ ਬੈਠ ਕੇ ਉਹ ਜੜਾਂਗੇ ਮਾਰਦਾ ਹੈ 11 ਦੋਸਤਾਂ ਦੀ ਢਾਣੀ 'ਚ ਬੈਠਾ ਨਾਨਵੈਜ ਲਤੀਫੇ ਸੁਣਾ ਕੇ ਉਹਨਾਂ ਦਾ ਸਰੂਰ ਦੁੱਗਣਾ ਤੇ ਗੁਣਾ ਕਰ ਦਿੰਦਾ ਸਰਦੀਆਂ ਦੀ ਰਾਤ ਨੂੰ ਹੋ ਰਹੀ ਇੱਕ ਸਾਹਿਤਿਕ ਮੀਟਿੰਗ ਵਿੱਚ ਕਾਲੀ ਕੰਬਲੀ ਲਈ ਬੈਠਾ ਬਲਦੇਵ ਸਿੰਘ ਆਪਣੀ ਟੁਣਕਵੀਂ ਆਵਾਜ਼ 'ਚ ਸਾਥੀਆਂ ਨੂੰ ਮਸ਼ਕਰੀਆਂ ਕਰ ਰਿਹਾ ਸੀ ਤਾਂ ਇੱਕ ਕਵੀ ਨੇ ਉਸ ਵੱਲ ਇਸ਼ਾਰਾ ਕਰਕੇ ਕਿਹਾ ਜਿੱਥੇ ਬੈਠ ਗਏ ਕੰਬਲੀਆਂ ਵਾਲੇ ਹਾਸਿਆਂ ਦੇ ਫੁਹਾਰੇ ਛੁੱਟ ਗਏ ਜਿੱਥੇ ਉਹ ਬੈਠ ਜਾਂਦਾ ਉੱਥੇ ਹਾਸਿਆਂ ਦੇ ਅਨਾਰ ਖਿੜਨ ਲੱਗਦੇ ਆ। ਉਹ ਬਹੁਤ ਹਸਮੁਖ ਖੁਸ਼ ਰਣੀ ਤਬੀਅਤ ਦਾ ਮਾਲਕ। ਸਿਰੇ ਦਾ ਹਾਜ਼ਰ ਜਵਾਬ ਤੇ ਮੂੰਹ ਫੱਟਾ। ਸਾਹਿਤ ਅਕੈਡਮੀ ਲੁਧਿਆਣਾ ਦੀਆਂ ਪਿਛਲੀਆਂ ਚੋਣਾ ਵਾਲੇ ਦਿਨ ਉਮਰਾਂ ਦੇ 6 ਕੁ ਦਹਾਕੇ ਲੰਗੇ ਚੰਡੀਗੜ੍ਹ ਦੀ ਇੱਕ ਲੇਖਕਾ ਆਪਣੇ ਵੱਲ ਧਾਵਾ ਕਰੀ ਆਉਂਦੀ ਵੇਖੀ ਤਾਂ ਉਹਨੇ ਪਹਿਲਾਂ ਹੀ ਦੋਵੇਂ ਹੱਥ ਜੋੜ ਦਿੱਤੇ। ਪਰ ਲੇਖਕਾ ਨੇ ਆਪਣੀਆਂ ਬਾਹਾਂ ਖਿਲਾਰ ਲਈਆਂ ਤੇ ਬੋਲੀ ਇੰਜ ਨਹੀਂ। ਮੈਂ ਤੇ ਇੰਜ ਮਿਲਾਂਗੀ ਜੱਫੀ ਪਾ ਕੇ। ਇੰਜ ਮਿਲਣਾ ਸੀ ਤਾਂ ਤੂੰ 30 ਸਾਲ ਪਹਿਲਾਂ ਕਿੱਥੇ ਗਈ ਸੀ? ਬਲਦੇਵ ਸਿੰਘ ਨੇ ਮੱਥੇ ਤੇ ਹੱਥ ਮਾਰਦੇ ਕਿਹਾ ਤੇ ਉਹਦੇ ਹੱਥ ਫੜ ਲਏ ਉਹਦੇ ਉੱਚ ਯੋਗਤਾ ਪ੍ਰਾਪਤ ਤਿੰਨ ਬੇਟੇ ਤੇ ਇੱਕ ਬੇਟੀ ਹੈ ਜਿਨ੍ਹਾਂ ਦੇ ਜੀਵਨ ਸਾਥੀ ਵੀ ਪੜ੍ਹੇ ਲਿਖੇ ਹਨ ਸਾਰੇ ਆਪੋ ਆਪਣੀ ਘਰੀ ਰੰਗੀ ਵਸਦੇ ਹਨ ਪੌਣੀ ਦਰਜਨ ਬੱਚਿਆਂ ਦਾ ਉਹ ਨਾਨਾ ਦਾਦਾ ਹੈ ਪੂਰੇ ਸਾਧਨ ਸੰਪਨ ਖੁਸ਼ੀਆਂ ਮਾਨ ਰਿਹਾ ਖੁਸ਼ਹਾਲ ਪਰਿਵਾਰ ਦਾ ਮੁਖੀ ਹੈ ਪਰ ਇਸ ਪਰਿਵਾਰ ਨੂੰ ਸਦੀ ਬਦਲਣ ਤੋਂ ਕੁਝ ਮਹੀਨੇ ਪਹਿਲਾਂ ਇੱਕ ਬਹੁਤ ਹੀ ਵੱਡੀ ਤ੍ਰਾਸਦੀ ਵੀ ਸੈਣੀ ਪਈ ਹੈ ਉਹਦੇ ਵਿੱਚ ਘਰ ਲਈ ਲੜਕੇ ਜਗਰੂਪ ਸਿੰਘ ਦਾ 4 ਸਾਲ ਤੋਂ ਘੱਟ ਉਮਰ ਦਾ ਲੜਕਾ ਜਦੋਂ ਬਲੱਡ ਕੈਂਸਰ ਨੇ ਆਪਣੇ ਮਾਰੂ ਜਬਾੜੇ ਚ ਲੈ ਲਿਆ ਤਾਂ ਸਮੁੱਚੇ ਪਰਿਵਾਰ ਨੇ ਆਪਣੇ ਪਿਆਰੇ ਨੰਨੇ ਬੱਚੇ ਨੂੰ ਮਹਿੰਗੇ ਪਰ ਬੁੱਚੜਖਾਨਿਆਂ ਵਰਗੇ ਹਸਪਤਾਲਾਂ ਚ ਸਰੀਰਕ ਕਸ਼ਟ ਸਹੰਦੇ ਨੂੰ ਤਿਲ ਤਿਲ ਮਰਦੇ ਵੇਖ ਕੇ ਜੋ ਮਾਨਸਿਕ ਸੰਤਾਪ ਹੋ ਗਿਆ ਉਹਨੂੰ ਤੇ ਬੱਚੇ ਦੀ ਮਾਨਸਿਕ ਦਸ਼ਾ ਨੂੰ ਸ਼ੁਰੂ ਤੋਂ ਅੰਤ ਤੱਕ ਬਲਦੇਵ ਸਿੰਘ ਨੇ ਜਿਵੇਂ ਸ਼ਬਦਾਂ ਚ ਬਿਆਨ ਕੀਤਾ ਉਹਨੂੰ ਪੜ ਕੇ ਪਾਠਕ ਵਿਅਕਲ ਹੋਉਂਟਦਾ ਹੈ ਮੇਰੇ ਵਰਗੇ ਬਹੁਤੇ ਸੰਵੇਦਨਸ਼ੀਲ ਪਾਠਕ ਤਾਂ ਸਾਰਾ ਵੇਰਵਾ ਪੜ ਹੀ ਨਹੀਂ ਸਕਦੇ ਪਹਿਲਾਂ ਹੀ ਤਾਂ ਨਿਕਲ ਜਾਂਦੀ ਹੈ ਕਿਸੇ ਵੱਡੇ ਲੇਖਕ ਦੀ ਲੇਖਣੀ 'ਚ ਅਜਹੀ ਸ਼ਕਤੀ ਹੁੰਦੀ ਹੈ ਬਲਦੇਵ ਸਿੰਘ ਸੱਚਮੁੱਚ ਹੀ ਪੰਜਾਬੀ ਦਾ ਵੱਡਾ ਲੇਖਕ ਧੰਨਵਾਦ